ਉਸ ਦਾ ਸੰਦੇਸ਼ ਜਾਂਦੇ ਹਾਂ ਕਿ ਪੜ੍ਹਾਂਗੇ ਮਰਕੁਸ ਦੀ ਇੰਜੀਲ 11 ਅਧਿਆਇ ਮਰਕੁਸ ਦੀ ਇੰਜੀਲ 11 ਦੇ ਮੈਂ ਸਾਰਾ ਜੋ ਵੀ ਪ੍ਰਚਾਰ ਕਰਨ ਲੱਗਾ ਮੈਂ ਗਾਰਮ ਦਾ ਸੰਦੇਸ਼ ਹੈ ਪਰਫੈਕਟ ਫੇਥ ਜੋ ਨੇ ਪ੍ਰਚਾਰ ਕੀਤਾ ਸਿੱਧ ਵਿਸ਼ਵਾਸ 25 ਅਗਸਤ ਸੁਤਰੇਮ ਸ਼ਾਮ ਨੂੰ ਸਾਰੇ ਉਹਦੇ 'ਚ ਅਸੀਂ ਪੜ੍ਹਾਂਗੇ विश्वास करते हो नारम दा इस युग दा नबी होने के लिए आमीन महिमा मिले ग्यारह अध्याय जी 12 अगले दिन जाऊं बैतनिया तो बाहर आए तो उसने भूख लगी दूरों पत्तियां वाला हंजीर का एक रुख वेख के उगया जो की जानी है उस तो कुछ लभे पर जहां उसके नेड़े आया तो पत्तियां तो बिना और कुछ नहीं पाया क्योंकि हंजीरां दी रुत नहीं सी। तद उन्हें अगों उसने आख्या कोई तेरा फल फिर कदे ना खावे अते उहदे चेलिया ने सुनिया वह यरूशलम विच आए अते वह हैकल विच जाके उन्होंने जिहड़े हैकल विच बेचते अते मोल लैंदे सन कढ़न लगा अते सराफां दे तख्त पोश अते कबूतर बेचण वालिया दीआं चौंकियां उलटा दित्तियां अते किसे नूं हैकल विचों दी ਭਾਂਡਾ ਲੈ ਕੇ ਲੰਗਰ ਨਾ ਦਿੱਤਾ ਅਤੇ ਉਹਨਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ ਕਿ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ ਆਮੀਨ ਪਰ ਤੁਸੀਂ ਉਹਨੂੰ ਡਾਕੂਆਂ ਦੀ ਖੋਹ ਬਣਾ ਦੇ ਛੱਡਿਆ ਹੈ ਪ੍ਰਧਾਨ ਯਾਜਕ ਅਤੇ ਗ੍ਰੰਥੀ ਇਹ ਸੁਣ ਕੇ ਇਸ ਗੱਲ ਦੇ ਪਿੱਛੇ ਲੱਗੇ ਵੀ ਉਹਦਾ ਕਿਵੇਂ ਨਾਸ਼ ਕਰੀਏ ਕਿਉਂਕਿ ਉਹ ਉਸ ਤੋਂ ਡਰਦੇ ਸਨ ਇਸ ਲਈ ਜੋ ਸਭ ਲੋਕ ਉਹਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਸਨ ਅਤੇ ਹਰ ਇੱਕ ਸ਼ਾਮ ਨੂੰ ਉਹ ਸ਼ਹਿਰੋਂ ਬਾਹਰ ਜਾਂਦਾ ਹੁੰਦਾ ਸੀ ਸਵੇਰ ਨੂੰ ਜਾਂ ਉਹ ਉਧਰੋਂ ਦੀ ਲੰਘੇ ਤਾਂ ਵੇਖਿਆ ਜੋ ਉਹ ਹੰਜੀਰ ਦਾ ਰੁੱਖ ਜਿਹੜਾ ਜੜੋਂ ਸੁੱਕ ਗਿਆ ਪਰ ਪਤਰਸ ਨੇ ਚੇਤੇ ਕਰਕੇ ਉਹਨੂੰ ਆਖਿਆ ਸਵਾਮੀ ਜੀ ਵੇਖ ਇਹ ਹੰਜੀਰ ਦਾ ਰੁੱਖ ਜਿਹਨੂੰ ਤੂੰ ਸਰਾਪ ਦਿੱਤਾ ਸੀ ਸੁੱਕ ਗਿਆ ਹੈ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਪਰਮੇਸ਼ਰ ਉੱਤੇ ਨਿਸ਼ਚਾ ਰੱਖੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜੋ ਕੋਈ ਇਸ ਪਹਾੜ ਨੂੰ ਕਹੇ ਉੱਠ ਅਤੇ ਸਮੁੰਦਰ ਵਿੱਚ ਜਾ ਅਤੇ ਆਪਣੇ ਮਨ ਵਿੱਚ ਸ਼ੱਕ ਨਾ ਕਰੇ ਪਰ ਵਿਸ਼ਵਾਸ ਕਰੇ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਹੁੰਦੀਆਂ ਤਾਂ ਉਹਦੇ ਲਈ ਹੋ ਜਾਏਗਾ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ ਵਿਸ਼ਵਾਸ ਕਰੋ ਜੇ ਸਾਨੂੰ ਮਿਲ ਗਿਆ ਤੁਹਾਨੂੰ ਮਿਲੇਗਾ ਜਦ ਕਦੇ ਤੁਸੀਂ ਖਲੋ ਕੇ ਪ੍ਰਾਰਥਨਾ ਕਰਦੇ ਹੋ ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹਨੂੰ ਮਾਫ਼ ਕਰੋ ਤੁਹਾਡੇ ਤੁਹਾਡਾ ਪਿਤਾ ਵੀ ਜਿਹੜਾ ਸੁਰਗ ਵਿੱਚ ਹੈ ਤੁਹਾਡੇ ਅਪਰਾਧਾਂ ਨੂੰ ਮਾਫ਼ ਕਰੋ ਸਾਡੇ ਮਹਾਨ ਖੁਦਾਵੰਦ ਪਰਮੇਸ਼ੁਰ ਮਸੀਹ ਸਭ ਸ਼ਕਤੀਮਾਨ ਪਿਤਾ ਤੂੰ ਆਪਣੇ ਵਚਨ ਦਾ ਸੱਚਾ ਤੇ ਪੱਕਾ ਹੈ ਪਰਮੇਸ਼ੁਰ ਮਸੀਹ ਸੱਚਮੁੱਚ ਸਭ ਕੁਝ ਟਲ ਗਿਆ ਔਰ ਚੁਣਿੰਦਾ ਇਹ ਵੀ ਟਲ ਜਾਏਗਾ ਪਰ ਤੇਰਾ ਵਚਨ ਕਾਇਮ ਰਹੇਗਾ ਖੁਦਾਵੰਦ ਉਹ ਲੋਕ ਕਾਇਮ ਰਹਿਣਗੇ ਜਿਹਨਾਂ ਅੰਦਰ ਤੇਰਾ ਵਚਨ ਪਾਇਆ ਜਾਂਦਾ ਹੈ ਪ੍ਰਭੂ ਮਸੀਹ ਸ਼ੈਤਾਨ ਦੇ ਕੋਲ ਇਹੀ ਚੀਜ਼ਾਂ ਹਨ ਕਿ ਉਹ ਡਰ ਪਾਵੇ ਇਹ ਪ੍ਰਤੀਤੀ ਜਾਵੇ ਪ੍ਰਭੂ ਪਰ ਤੂੰ ਕਿਹਾ ਵਿਸ਼ਵਾਸ ਕਰਨ ਵਾਲੇ ਵੀ ਸਭ ਕੁਛ ਹੋ ਸਕਦਾ ਹੈ ਖੁਦਾ ਤੇਰਾ ਜਦੇ ਹੀ ਵਚਨ ਸੁਣਦੇ ਹਾਂ ਤੇਰੇ ਨਬੀ ਦਾ ਪ੍ਰਚਾਰਿਆ ਹੋਇਆ ਸੰਦੇਸ਼ ਸੁਣਦੇ ਹਾਂ ਪ੍ਰਭੂ ਉੱਥੇ ਸਾਡੇ ਸਾਰਿਆਂ ਦੇ ਵਿਸ਼ਵਾਸ ਖੁਦਾਵੰਦ ਉੱਚੇ ਪੱਧਰ ਉੱਤੇ ਜਾਣ ਉੱਥੇ ਜਿੱਥੇ ਖੁਦਾ ਡਾਇਰੈਕਟ ਕੰਮ ਕਰਦਾ ਹੈ ਹਾਲੇਲੂਇਆ ਲੋਕਾਂ ਹੀ ਆਪਣੀਆਂ ਕਮਜ਼ੋਰੀਆਂ ਨੂੰ ਆਪਣੀਆਂ ਗਲਤੀਆਂ ਨੂੰ ਆਪਣੇ ਘਾਟਿਆਂ ਨੂੰ ਤੇਰੀ ਹਿਵਰੀ ਚ ਮੰਨਦੇ ਹਾਂ ਪ੍ਰਭੂ ਔਰ ਇਹ ਵਚਨ ਪ੍ਰਭੂ ਹਰ ਇੱਕ ਦੇ ਲਈ ਬਰਕਤ ਦਾ ਕਾਰਨ ਬਣੇ ਪ੍ਰਭੂ ਯਿਸੂ ਮਸੀਹ ਤੇਰਾ ਧੰਨਵਾਦ ਤੂੰ ਭਾਈ ਦਲੀਪ ਦੇ ਬਾਰੇ ਹੁਣੇ ਜਦ ਫੋਨ ਆਇਆ ਕਿ ਉਹਦੀਆਂ ਰਿਪੋਰਟਾਂ ਠੀਕ ਆਈਆਂ ਹਨ ਸਰੀਰ ਦੀ ਕਮਜ਼ੋਰੀ ਹੈ ਉਹ ਵੀ ਠੀਕ ਕਰ ਜਾਣਦੇ ਹੋ ਮੈਂ ਉਮੀਦ ਕਰਦਾ ਪ੍ਰਭੂ ਤੁਹਾਨੂੰ ਨਜ਼ਰ ਆਈ ਬਰਕਤ ਦੇਵੇਗਾ ਕਿਵੇਂ ਅਸੀਂ ਦੇਖਦੇ ਹਾਂ ਕਿ ਉਹ ਹੰਜੀਰ ਦੇ ਰੁੱਖ ਦੇ ਕੋਲ ਜਾਂਦਾ ਹੈ ਕੁਛ ਖਾਣ ਦੇ ਲਈ ਪਰ ਉਹਨੂੰ ਕੋਈ ਫਲ ਨਹੀਂ ਮਿਲਦਾ ਅਖੀਰ ਉਹਨੂੰ ਕਹਿ ਦਿੰਦਾ ਹੈ ਕਿ ਜਾ ਫਿਰ ਅੱਜ ਤੋਂ ਬਾਅਦ ਕੋਈ ਤੇਰਾ ਫਲ ਨਾ ਖਾਏ ਪਿੱਛੇ ਜਿਹੜੇ ਸਾਹਮਣੇ ਜੋ ਹਾਲੇਲੂਇਆ ਅਮੀ ਨੂੰ ਇੰਨੀ ਗੱਲ ਕਹਿ ਕੇ ਚਲ ਜਾਂਦਾ ਹੈ ਅਗਲੀ ਸਵੇਰ ਨੂੰ ਜਦੋਂ ਉਹ ਆਉਂਦੇ ਆ ਪਤਰਸ ਦੇਖਦਾ ਕਿ ਪ੍ਰਭੂ ਜਿਹਨੂੰ ਜਿਸ ਰੁੱਖ ਨੂੰ ਤੂੰ ਕਿਹਾ ਸੀਗਾ ਉਹ ਜੜੋਂ ਸੁੱਕ ਗਿਆ ਉਹ ਹੈਰਾਨ ਹੋਏ
कल शाम उन्हें इदा बोलिया और अच सवेरे सुख रुख सुख गया क्योंकि वह रुखा का बनाने वाला है रचना करने वाला उन्हें रचना की बोल के और जो उन्हें बोलिया उसी तरह ही होया परमेश्वर ने उन्होंने उत्तर दिता परमेश्वर उत्ते विश्वास रखो मैं तुहानू सच आखदा हाँ कि जो कोई इस पहाड़ नूं कई उठ ते समुद्र विच जा पे किनू पहाड़ नूं और किनू पहाड़ नूं कि समुद्र विच जा पे अते अपने मन विच शक ना करे पर विश्वास करे कि जिहड़ियां गल्लां मैं आखदा हुंदियां हन तां उहदे लई हो जाएगा इसलिए मैं तुहानू आखदा हाँ आमीन ये सब को तुसी प्रार्थना करके मंगो विश्वास करो जो सानू मिल गया है तां तुहानू मिलेगा हालेलुया हालेलुया अब्राहम ने क्या उन्हें क्या जेकर तुसी कहो आमीन मैं कहो नहीं तुसी ने क्या जेकर तुसी इस पहाड़ नु कहो आमीन आमीन उन्हें ने क्या मैं कहो नहीं ने क्या जेकर तुसी इस पहाड़ नु कहो तां ये जाके समुद्र विच पै जाएगा आमीन जो कुछ परमेश्वर दा सी उसने मसीह चो ले लेता आमीन जो कुछ मसीह दा यूं ने क्लीसिया चो ले लेता आमीन जो वचन दा अधिकार इस मसीह रखदा है वही अधिकार उन्हें क्लीसिया नु दित्ता हालेलुया किन्होंने महान काम कीता और एक रुख नु बोलियो जड़ सुख गया पत्र सुनी देख के हैरान हो देख के यीशु मसीह देख वो सुख गया ते उन्हें ये नहीं कहा ये मेरा वचन सी ये पूरा होना ही मैं प्रभु हूं बल्कि उन्हें एक क्या अगर ही विश्वास करो इस पहाड़ नु को समुद्र विच जा पाए तां वो चल जाएगा आमीन समझे उन्हें क्या हां मैं तो होना ही सीगा मैं प्रभु हूं उन्हें क्या तू ही करोगे आमीन को प्रारंभ ने क्या उन्हें नहीं क्या जेकर मैं कहा उन्हें क्या अगर तू ही इस नु कहो तय हो जाएगा हालेलुया आमीन आमीन ਬਬਰਾਨਮ ਨੇ ਕਿਹਾ ਅਸੀਂ ਜਿਸ ਦਿਨਾਂ 'ਚ ਰਹਦੇ ਹਾਂ ਇਹ ਦਿਨਾਂ ਦੇ ਅੰਦਰ ਸਿੱਧ ਵਿਸ਼ਵਾਸ ਦੀ ਲੋੜ ਹੈ ਹਾਲੇਲੂਇਆ ਇਹਨੇ ਕਿਹਾ ਇਸ ਯੁੱਗ ਦੇ ਵਿੱਚ ਬਾਕੀ ਸਭ ਯੁੱਗਾਂ ਨਾਲੋਂ ਜ਼ਿਆਦਾ ਵਿਸ਼ਵਾਸ ਦੀ ਲੋੜ ਹੈ ਆਮੇਨ ਕਿ ਉਹ ਯੁੱਗ ਹੈ ਜਿਨ੍ਹਾਂ 'ਚ ਸ਼ਰੀਰਾਂ ਦਾ ਬਦਲ ਜਾਣਾ ਹੈ ਆਮੇਨ ਹਾਲੇਲੂਇਆ ਆਮੇਨ ਪ੍ਰਭੂ ਦਾ ਨਾਮ ਮਹਿਮਾ ਮਿਲੇ ਆਮੇਨ ਜੋ ਪਰਮੇਸ਼ਰ ਇਹਨਾਂ ਦਿਨਾਂ 'ਚ ਇੱਕ ਮਹਾਨ ਸੰਦੇਸ਼ ਨੂੰ ਖੋਲਿਆ ਜੋ ਪਿਛਲੇ ਯੁੱਗਾਂ ਤੋਂ ਬੰਦ ਸੀਗਾ ਕਿਉਂਕਿ ਇਹਨਾਂ ਦਿਨਾਂ 'ਚ ਉਸ ਚੀਜ਼ ਦੀ ਲੋੜ ਸੀ ਆਮੇਨ ਆਮੇਨ ਪ੍ਰਭੂ ਨੇ ਕਿਹਾ ਸਾਨੂੰ ਆਮ ਵਿਸ਼ਵਾਸ ਦੇ ਨਹੀਂ ਸਾਨੂੰ ਇੱਕ ਖਾਸ ਵਿਸ਼ਵਾਸ ਦੀ ਲੋੜ ਹੈ ਆਮੇਨ ਹਾਲੇਲੂਇਆ ਹਾਲੇਲੂਇਆ ਕਿਹਾ ਕਿ ਅਸੀਂ ਕਲੀਸਿਯਾ ਨੂੰ ਉਸ ਜਗ੍ਹਾ ਉੱਤੇ ਲੈ ਕੇ ਆਉਣ ਦਾ ਯਤਨ ਕਰ ਰਹੇ ਹਾਂ ਜਿੱਥੇ ਅਸੀਂ ਅਸਲ ਵਿੱਚ ਰਸੂਲਾਂ ਦੇ ਸਮੇਂ ਦੇ ਵਿਸ਼ਵਾਸ ਨੂੰ ਆਪਣੇ ਵਿਚਕਾਰ ਮੰਡਰਾਉਂਦਾ ਹੋਇਆ ਦੇਖ ਸਕੀਏ ਆਮੇਨ ਹਾਲੇਲੂਇਆ ਇਹ ਹੀ ਹੈ ਜਿਸ ਲਈ ਅਸੀਂ ਭੁੱਖੇ ਹਾਂ ਆਮੇਨ ਅਤੇ ਇਹ ਖੂਨ ਹੀ ਵਾਲਾ ਹੈ ਆਮੇਨ ਅਸੀਂ ਇਸ ਨੂੰ ਵੇਖ ਰਹੇ ਹਾਂ ਆਮੇਨ ਪਰ ਅਸੀਂ ਇਸ ਨੂੰ ਹੋਰ ਜ਼ਿਆਦਾ ਵੇਖਣਾ ਚਾਹੁੰਦੇ ਹਾਂ ਆਮੇਨ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਵਹੇ ਕਿ ਇਹ ਸਾਡੀ ਮਦਦ ਕਰੇ ਆਮੇਨ ਜੋ ਅਸੀਂ ਇਸ ਨੂੰ ਦੂਸਰਿਆਂ ਤੱਕ ਪਹੁੰਚਾਈਏ ਹਾਲੇਲੂਇਆ 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 ਬਰਾਨੂ ਕਹ ਰਿਹਾ ਅਸੀਂ ਜਿਸ ਯੁੱਗ 'ਚ ਹਾਂ ਅਸੀਂ ਅਸੀਂ ਉਹ ਵਿਸ਼ਵਾਸ ਚਾਹੁੰਦੇ ਹਾਂ ਜਿਹੜਾ ਰਸੂਲਾਂ ਦੇ ਕੋਲ ਸੀਗਾ ਆਮੇਨ ਤਾਂ ਕਿ ਵਾਪਸ ਉਸ ਚੀਜ਼ ਨੂੰ ਪ੍ਰਾਪਤ ਕਰ ਸਕੀਏ ਉਦਾਂ ਹੀ ਹੋ ਸਕੇ ਜੋ ਰਸੂਲਾਂ 'ਚ ਹੋਇਆ ਬਾਈਬਲ ਇਸ ਯੁੱਗ ਲਈ ਵਾਅਦਾ ਨਹੀਂ ਕਰਦੀ ਆਮੇਨ ਇਸ ਯੁੱਗ ਦੇ ਲਈ ਵਾਅਦਾ ਨਹੀਂ ਕਰਦੀ ਕਿ ਤੁਹਾਡੇ ਵਿਸ਼ਵਾਸ ਨੂੰ ਪੈਂਟੀਕੋਸਟਾਂ ਦੇ ਵਿਸ਼ਵਾਸ ਵੱਲ ਮੋੜਿਆ ਜਾਏਗਾ ਮੈਂ ਮਲਾਕੀ ਮੈਂ ਵੇਖੋ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਕਰਾਂਗਾ ਇਸ ਤੋਂ ਪਹਿਲੇ ਕਿ ਉਹ ਵਾਅਦਾ ਵੱਡਾ ਤੇ ਭੈੜਾ ਇੱਕ ਦਿਨ ਆਵੇ ਤਾਂ ਕਿ ਪੇਵਾਂ ਦੇ ਦਿਲਾਂ ਨੂੰ ਬਾਲਕਾਂ ਵੱਲ ਔਰ ਬਾਲਕਾਂ ਦੇ ਦਿਲਾਂ ਨੂੰ ਪੇਵਾਂ ਵੱਲ ਵਾਪਸ ਮੋੜਿਆ ਜਾਏ ਹਾਲੇਲੂਇਆ ਹਾਲੇਲੂਇਆ ਕਿਹੜੇ ਪੇਵਾਂ ਵੱਲ ਉਹੀ ਰਸੂਲ ਪ੍ਰੇਰਿਤ ਜੋ ਸਾਡੇ ਪੇ ਸਨ ਔਰ ਉਹ ਵਿਸ਼ਵਾਸ ਜਿਹੜਾ ਉਹਨਾਂ ਦੇ ਅੰਦਰ ਸੀਗਾ ਉਹੀ ਵਿਸ਼ਵਾਸ ਸਾਡੇ ਅੰਦਰ ਹੋਏ ਔਰ ਉਹ ਕੰਮ ਜੋ ਪਰਮੇਸ਼ਰ ਉਹਨਾਂ ਦੇ ਰਾਹੀਂ ਕੀਤੇ ਉਹੀ ਕੰਮ ਪਰਮੇਸ਼ਰ ਨੇ ਆਖਰੀ ਦਿਨਾਂ ਦੀ ਕਲੀਸਿਆ 'ਚ ਕਰਨਾ ਚਾਹੁੰਦਾ ਹੈ ਹਾਲੇਲੂਇਆ ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ ਆਮੇਨ 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 ਇਹ ਜਾਣਦੇ ਆ ਕਿ ਪਰਮੇਸ਼ਰ ਸਮਰਥੀ ਸੀਗਾ ਆਮੇਨ ਯਿਸੂ ਮਸੀਹ ਮਹਿਮਾ ਦੇ ਨਾਲ ਭਰਿਆ ਹੋਇਆ ਹੈ ਹਾਲੇਲੂਇਆ ਹਾਲੇਲੂਇਆ ਮੈਨੂੰ ਕਿਹਾ ਯਾਦ ਕਰੋ ਯਿਸੂ ਨੇ ਜਿਵੇਂ ਅਸੀਂ ਇਸ ਸਵੇਰ ਅਤੇ ਆਪਣੇ ਸਬਕ ਵਿੱਚ ਲਿਆ ਉਸਨੇ ਕਦੇ ਵੀ ਆਪਣੀ ਸਮਰਥ ਦੀ ਵਰਤੋਂ ਆਪਣੇ ਲਈ ਨਹੀਂ ਕੀਤੀ ਉਸਨੇ ਇਸ ਦੀ ਵਰਤੋਂ ਹੋਰਨਾਂ ਲਈ ਕੀਤੀ ਉਹ ਇਸ ਲਈ ਭੇਜਿਆ ਗਿਆ ਸੀ ਅਤੇ ਤੁਸੀਂ ਕਈ ਵਾਰ ਸੋਚਦੇ ਹੋ ਕਿਵੇਂ ਇੱਕ ਮਨੁੱਖ ਜੋ ਉਸ ਵਰਗੀ ਸਮਰਥ ਨਾਲ ਭਰਿਆ ਹੋਵੇ ਬਿਮਾਰ ਹੋ ਸਕਦਾ ਹੈ ਯਿਸੂ ਮਸੀਹ ਜੋ ਆਇਆ ਜੋ ਸਮਰਥ ਔਰ ਗੁਣਾਂ ਦੇ ਨਾਲ ਭਰਿਆ ਹੋਇਆ ਸੀ ਨਬੀ ਨੇ ਕਿਹਾ ਉਹਨੇ ਕਦੀ ਵੀ ਆਪਣੀ ਸਮਰਥ ਦੀ ਵਰਤੋਂ ਆਪਣੇ ਲਈ ਨਹੀਂ ਕੀਤੀ ਉਹਨੇ ਦੂਸਰਿਆਂ ਲਈ ਕੀਤੀ ਉਹਨੇ ਕਿਹਾ ਤੁਸੀਂ ਹੈਰਾਨ ਹੋਵੋਗੇ ਕਿ ਇੰਨੀ ਸਮਰਥ ਔਰ ਇੰਨੇ ਗੁਣ ਦੇ ਨਾਲ ਭਰਿਆ ਹੋਇਆ ਪ੍ਰਭੂ ਇੱਕ ਮਨੁੱਖ ਆਪ ਕਿੱਦਾਂ ਬਿਮਾਰ ਹੋ ਸਕਦਾ ਹੈ ਹਨਾ ਹਾਂ ਸ਼੍ਰੀਮਾਨ ਜੀ
मैं किसी किताब विच पढ़िया सी, मैं विश्वास करदा हां दाऊद दे घर दा राजकुमार जो उसने नाइन शहर विच एक विधवा दे पुत्र नूं जवाड़िया तद ओ एक पत्थर उत्ते बैठ गया ते सिर पीड़ नाल हुंगन लगा। असी कलीसियां हां, असी प्रभु दे देह हां, असी विश्वासी हां। हालेलुया, जिद्दां लोकां दे दिमाग च है कि प्रभु प्रभु करदे, गवाहियां दिंदे कि प्रभु चंगा करदा, प्रभु चंगा करदा, फिर आप ही बीमार क्यों हुंदे, आप ही परेशान क्यों हुंदे, आप ही दुखी क्यों हुंदे। कुरान ने कहती कि सोच सकते हो कि इतनी सामर्थ नाल भरिया होया बंदा भी कदे बीमार सीगा, और जदों ने नैन विधवा दे पुत्र नूं जिउंदा कीता तद ओ एक पत्थर उत्ते बैठ गया अते सिर पीड़ नाल हुंगन लगा। कौन? यीशु मसीह। हालेलुया, हालेलुया, आमीन। जिद्दां एक वारी एक भाई ने मैनूं कहा कि जिद्दां ओ यीशु मसीह दे कोई चिथड़े नहीं उड़े कहिंदा, उहनूं कोई दर्द नहीं होया, उह ते प्रभु ही जिन्होंने कोड़े मारे गए कहिंदा उहनूं कोई दर्द नहीं होया और कोई चिथड़े नहीं उड़े उड़े शरीर दे। मैं कहा फिर ये कादा प्यार होया, फिर ये कादा प्यार होया जी, उहने मार खाधी उहनूं दर्द ही कोई नहीं होया, फिर कुरबानी कादी होई। मैं कह जो गलत फहमी गई झूठ है दर्द होया, लहू मास ची ओ लहू वगया, चिथड़े उडे, ऐही तो सीगा कि साडे लई कुछ कर रहा सी, अगर उन्हें कोई दर्द ही नहीं होया तो उन्हें साडे लई की कीता। उन्हें दुख नूं चलिया, उन्हें दर्द नूं चलिया, उन्हें उदा ही पीड़ सही जिदा असी सहिंदे आ। हालेलुया, हालेलुया, प्रभु दा नाम महिमा मिले। वेख्या उसने साडियां निर्बलताइयां नूं सहन कीता, सहन करन दा अर्थ है उन्हां नूं समेटना। वेख्या उसने सिया अते उस विच सब चीजां सन जिवें साडे विच हन, जिदा असी आ उदा ही ओह सीगा, जिदा ही लहू मास आ उदा ही ओह वी सी। हालेलुया, उस विच वी साडे वांग बीमारियां सन, आमेन, उस विच भी साडे वांग बीमारियां सन, परतावे सन, मुसीबतां सन, निराशा सी, क्योंकि उस नूं एक विचोले दे वांग होना सी। महान परमेश्वर ने साडे लई तंग राह चुनिया, वो चाहता तो स्वर्ग तो खलो के मुक्ति का प्रचार कर सकता ही, उतो इंतजाम कर सकता ही, और उन्हें तंग राह चुनिया कि धरती उत्ते आए, अपने मुंह से थकावे, कोड़िया की मार खाए, नंगे सलीब उत्ते चढ़े, अपनी पसली च नेजा मरवाए, ये प्रभु ने तंग रस्ता चुनिया। अगर उस परमेश्वर ने साडे लई तंग रस्ता चुनिया तो कि अहीं उहदे लई तंग रस्ता नहीं चुन सकते। हालेलुया, उन्हें एक विचोले दे वांग होना सी, इसलिए उसनूं सांझी होना सी, फल का बागवान होना सी, इस तों पहलां कि उह जाणे। हालेलुया, प्रभु दे नाम महिमा मिले। असल विच लोग आलोचक बनते हैं वचन दा, क्योंकि वचन नूं अपने दिमाग नाल लैंदे आ, अपनी सोच दे नाल लैंदे आ, लेकिन वचन वचन है, आमें, आमें। वचन मनुखी सोच तो किते उपर है, मनुख दा दिमाग उत्थे कदे समझ नहीं सकदा, वचन वचन इन्ना महान है, ये तो उहदी कृपा ही है जो तुहानू उहदे ते विश्वास करावे। जे समझना कोशिश कर दो तुहाडी जिंदगी कैलकुलेटर फड़ के निकल जाएगी, कदे नहीं हिसाब कर सकदे कि पंज रोटियां दो मच्छियां हजारा किदां खा गए। हालेलुया, कुरान ने कहा कि बंदे ने मैनूं बंदे बंदे ने गल कीती, आलोचक सी और कहिंदा उदो रोटियां वड्डियां वड्डियां हुंदियां ही तां उहदे ज्यादा टुकड़े हो गए, थोड़ी ककल कर, जे रोटियां वड्डियां ही ते उह बच्चा एक टिफिन लै के आया दुपहर दी रोटी दा, उह इंडियन दी रोटी लै के आया ही कल्ले अपने खाण लई। हालेलुया, हालेलुया, आमीन। आलोचक कदे परफेक्ट नहीं हो सकदे, कोई ना कोई गलती छड्डण गई, क्योंकि उह झूठ आ, लेकिन वचन सच्चा आ। आमीन, आमीन, हालेलुया, हालेलुया, प्रभु दा नाम महिमा मिले। आमीन, जेड़ा ये दसदा कि 12 टोकरियां बाद च फिर बच गई। आमीन, आमीन, हालेलुया, हालेलुया। जिन्हें मर्जी आलोचक होन, बब्राहम ने कहा इस नाल परमेश्वर का वचन नहीं बदल सकता, ये बस उसी तरह है, ये अगे वधदा रहिंदा है। हुण असीं विश्वास उत्ते बोलन जा रहे हाँ, सिद्ध विश्वास, अते ये एक वक्री किस्म का विश्वास है, ये एक महान चीज है। उन विश्वास बारे सानूं बाइबल विच दस्या गया है
कि विश्वास सुनने नाल आंदा है। हुण तुसीं विश्वास तो बगैर बचाए नहीं जा सकते। अते विश्वास यह है कि किसी चीज बारे तुहानू विश्वास करना पैना है कि यह इत्थे है। अते होर कोई भी चीज इसका ऐलान नहीं कर सकती, पर सिर्फ विश्वास ही कर सकता है। हुण मैं तुहाडे अंदर विश्वास नूं लैके आउण दी कोशिश कर रहा हाँ, ताकि तुसीं अगले कुछ मिनटां लई तैयार हो सको। हालेलुया आमीन। कि मैं पढ़ता जावां तुसीं सुनोगे? कहिंदा टाइम नहीं है, हर हवाले नूं एक्सप्लेन करिए, तुसीं समझ रहे हो। हालेलुया। विश्वास एक महान चीज है, विश्वास सुनने नाल आंदा है, विश्वास तो बगैर उहनूं कहे तुसीं बचाई नहीं जा सकते। आमीन। जो विश्वासी अंदर विश्वास होंदा है, समझे थी? एक विश्वासी ने नफरत कदो करता है? जो एक विश्वासी अंदर विश्वास होंदा है, उन्होंने मेरे दसिया विश्वास प्रकाशन है। और जो एक विश्वासी को प्रकाशन आ जाता है, फिर विश्वास ही प्रकाशन के नाल जींदा है, ते शैतान उहदे नाल नफरत करता है। हालेलुया। प्रभु दे नाम महिमा मिले। आमीन। पर उन्हें क्या हुण विश्वास जो परमेश्वर को आता है उसने विश्वास करना ही पैना है। क्यों है? क्योंकि परमेश्वर को आए हो विश्वास कर दे हो कि वो है। किन्हें विश्वास कर दे कि वो है, मसीह नहीं वो है। अपने गवाही परमेश्वर खुश कर दिया। इसलिए तुहानू विश्वास नाल ही स्वीकार करना पैणा है। जेकर तुसी कहंदे हो कि तुसी परमेश्वर ते विश्वास करदे हो, तुसी उसनु कदे नहीं वेख्या, इसलिए तुहानू विश्वास नाल ही स्वीकार करना पैणा है। अते जेकर तुसी इसनु वेख सकदे हुंदे तां फिर विश्वास ना रहिंदा। ठीक है, बहुते लोग कहंदे आ कि देखांगे ते फिर विश्वास करांगे, पर उन्हें कहे जे देखना फिर विश्वास करा। जे मैं कहां विश्वास करो इत्थे कैलेंडर लग्गिया, इह ते विश्वास करन दी काहदी लोड़ ते लभदा है विश्वास। पर जे मैं कहां विश्वास करो इत्थे प्रभु दा दूत खड़ा है, विश्वास करना है। ਇਹ ਪਰਮੇਸ਼ਰ ਦਾ ਵਚਨ ਹੈ, ਅਤੇ ਤੁਹਾਨੂੰ ਵਚਨ ਦੁਆਰਾ ਹੀ ਪਰਮੇਸ਼ਰ ਦੇ ਕੋਲ ਆਉਣਾ ਹੈ। ਦੇਖਿਆ, ਬਸ ਜੋ ਵਚਨ ਕਹਿੰਦਾ ਉਸਨੂੰ ਲੈ ਲਵੋ, ਅਤੇ ਇਹ ਸਹੀ ਹੈ, ਜੋ ਵੀ ਕੁਝ ਇਸ ਦੇ ਉਲਟ ਹੈ ਉਹ ਸਹੀ ਨਹੀਂ ਹੈ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ। ਨਹੀਂ, ਅਬਰਾਹਮ ਦੀ ਸੰਤਾਨ ਹੈ। ਹਾਲੇਲੂਯਾ। ਨਹੀਂ ਕਿਹਾ ਕਿ ਤੁਹਾਡੇ ਕੋਲ ਅਬਰਾਹਮ ਜਿਹਾ ਵਿਸ਼ਵਾਸ ਨਹੀਂ ਹੈ, ਤੁਸੀਂ ਅਬਰਾਹਮ ਦੀ ਸੰਤਾਨ ਨਹੀਂ ਹੋ। ਔਰ ਅਬਰਾਹਮ ਉਹ ਸੀ ਗਾ ਜਿਹਨੇ ਦੇਖਿਆ ਨਹੀਂ, ਹਰ ਦਿਨ ਉਹਦੀ ਹਾਲਤ ਵਿਗੜਦੀ ਗਈ, ਹਰ ਦਿਨ ਉਹ ਝੁਰੀਆਂ ਗਹਿਰੀਆਂ ਹੁੰਦੀਆਂ ਗਈਆਂ, ਹਰ ਦਿਨ ਉਹ ਕਮਜ਼ੋਰ ਹੁੰਦਾ ਗਿਆ, ਇੱਕ ਵੀ ਲੱਛਣ ਨਹੀਂ ਲੱਭਦਾ ਕਿ ਬੰਦਾ ਜਵਾਨ ਹੋਏਗਾ। ਪਰ ਇਹੋ ਜਿਹੇ ਹਾਲਾਤਾਂ ਚ ਉਹਨੇ ਵਿਸ਼ਵਾਸ ਕੀਤਾ, ਔਰ ਪ੍ਰਭੂ ਨੇ ਉਸ ਵਿਸ਼ਵਾਸ ਨੂੰ ਬਰਕਤ ਦਿੱਤੀ। ਅਬਰਾਹਮ ਦੀ ਸੰਤਾਨ ਹੋ ਫਿਰ ਤੁਹਾਡੇ ਕੋਲ ਵੀ ਉਹੀ ਵਿਸ਼ਵਾਸ ਹੋਵੇਗਾ। ਕਿੰਨੇ ਆਮੀਨ ਕਹਿ ਸਕਦੇ? ਹਾਲੇਲੂਯਾ। ਹੁਣ ਇੱਥੇ ਹੀ ਬਹੁਤ ਸਾਰੇ ਲੋਕ ਆਪਣੀ ਚੰਗਿਆਈ ਜਾਂ ਜੋ ਚੀਜ਼ ਉਹ ਮੰਗ ਰਹੇ ਹੁੰਦੇ ਹਨ ਉਸ ਨੂੰ ਲੈਣ ਵਿੱਚ ਫੇਲ ਹੋ ਜਾਂਦੇ ਹਨ। ਧਿਆਨ ਨਾਲ ਸੁਣੋ, ਲਾਸਟ ਤੱਕ ਧਿਆਨ ਨਾਲ। ਹੁਣ ਇੱਥੇ ਹੀ ਬਹੁਤ ਸਾਰੇ ਲੋਕ ਹਨ ਆਪਣੀ ਚੰਗਿਆਈ ਜਾਂ ਜੋ ਚੀਜ਼ ਉਹ ਮੰਗ ਰਹੇ ਹੁੰਦੇ ਹਨ ਉਸ ਨੂੰ ਲੈਣ ਵਿੱਚ ਫੇਲ ਹੋ ਜਾਂਦੇ ਹਨ, ਕਿਉਂਕਿ ਉਹ ਵਿਸ਼ਵਾਸ ਨੂੰ ਕਿਸੇ ਚੀਜ਼ ਵਾਂਗ ਲੈਂਦੇ ਹਨ ਜਿਵੇਂ ਉਹ ਹੈ ਹੀ ਨਹੀਂ। ਵੇਖਿਆ, ਉਹ ਇਸਦਾ ਵਿਸ਼ਵਾਸ ਨਹੀਂ ਕਰਦੇ। ਇਹ ਇੱਕ ਕਲਪਨਾ ਨਹੀਂ ਹੈ, ਇੱਕ ਅਸਲੀ ਚੀਜ਼ ਹੈ। ਵਿਸ਼ਵਾਸ ਇੱਕ ਕਲਪਨਾ ਨਹੀਂ ਹੈ। ਹਾਲੇਲੂਯਾ, ਇਹ ਅਸਲੀ ਚੀਜ਼ ਹੈ। ਧਿਆਨ ਨਾਲ ਸੁਣੋ, ਵੇਖੋ, ਇਹ ਉਹ ਨਹੀਂ ਹੈ ਜੋ ਤੁਸੀਂ ਕਲਪਨਾ ਕਰਦੇ ਹੋ, ਇਹ ਉਸ ਤਰ੍ਹਾਂ ਨਾਲ ਹੀ ਅਸਲੀ ਹੈ ਜਿਵੇਂ ਤੁਹਾਡੀ ਸਮਝ ਤੁਹਾਨੂੰ ਹੋਰ ਚੀਜ਼ਾਂ ਬਾਰੇ ਦੱਸਦੀ ਹੈ। ਇਹ ਉਂਝ ਹੀ ਅਸਲੀ ਹੈ ਜਿਵੇਂ ਮੇਰੀਆਂ ਅੱਖਾਂ ਵੇਖ ਸਕਦੀਆਂ ਹਨ। ਕਿ ਤੁਸੀਂ ਵਿਸ਼ਵਾਸ ਕਰਦੇ ਹੋ? ਲੱਭ ਰਿਹਾ ਮੈਂ ਸਾਹਮਣੇ ਖੜਾ,
कि तुसीं इस पैर नूं देख रहे हो, कि तुसीं इस पखे नूं देख रहे हो, कि इस दरवाजे नूं देख रहे, कि सामने पई ढोलकी नूं देख रहे। हालेलुया, हालेलुया। विश्वास भी इदां ही है, पखा असली है, सामने खड़ा असली है, दरवाजा सामने लगा असली है, ढोलकी सामने पई असली है। हालेलुया, हालेलुया। विश्वास भी इदां ही एक असली चीज है, वो कोई कल्पना नहीं है। हालेलुया। प्रभु दा नाम महिमा मिले। आमीन, आमीन। वो इस तरह असली है जिवें ये कहना मैं अपने कोट नूं महसूस करदा, उस तरह असली है जिवें मैं इस छोटे बच्चे नूं उत्थे रोड़ा पाउंदे हुए सुन सकदा। जे छोटे बच्चे नूं रोड़ा पाउंदे सुन सकदे हो, जिवें भाई ब्राह्मण भी इत्थे गल कर रहे हैं, छोटे बच्चे नूं रोड़ा पाउंदे सुन सकदा, वो भी इन्हां बच्चे नूं रोड़ा पाउंदे सुन सकदा। कितना असली है, तुहानूं कोई शक ते नहीं बच्चा रोड़ा पा रहे या नहीं? सानूं विश्वास है, हाँ तंग कर रहे हैं, असली चीज नहीं, लेकिन विश्वास ही इदां ही असली है। हालेलुया, हालेलुया। ओ उस तरह असल है जिवें मैं इस छोटे बच्चे रोला पांदे सुन सकदा, समझे? ओना ही असली जिवें इह संगीत वज रहा है, उस तरह ही असली है जिवें मैं अपने मुंह विचों किसी चीज का स्वाद महसूस कर सकदा। हालेलुया। इह इन्ना असली है, बस तुसीं इसनूं किसी ने ਕਿਸੇ ਨੂੰ ਵਿਖਾ ਨਹੀਂ ਸਕਦੇ, ਇਹ ਬਸ ਤੁਹਾਡੇ ਕੋਲ ਹੈ। ਆਮੀਨ। ਇਹ ਤੁਹਾਡਾ ਹੈ, ਵਿਸ਼ਵਾਸ ਪੱਕਾ ਭਰੋਸਾ ਹੈ, ਸਮਝੇ? ਇਹ ਕੋਈ ਸ਼ੱਕ ਨਹੀਂ ਹੈ। ਇਸ ਲਈ ਪ੍ਰਭੂ ਨੂੰ ਮਹਿਮਾ ਮਿਲੇ। ਆਮੀਨ। ਪ੍ਰਭੂ ਨੂੰ ਕੀ ਦੱਸਣਾ ਚਾਹ ਰਿਹਾ, ਇਹ ਅਸਲੀ ਚੀਜ਼ ਹੈ। ਆਮੀਨ। ਵਿਸ਼ਵਾਸ ਕੋਈ ਕਲਪਨਾ ਨਹੀਂ ਹੈ। ਜਿਹੜੇ ਕਹਿੰਦੇ ਵਿਸ਼ਵਾਸ ਕਰੋ, ਜਿਹੜਾ ਬਾਈਬਲ ਕਹਿੰਦੀ ਵਿਸ਼ਵਾਸ ਕਰੋ, ਤਾਂ ਉਹ ਇਹ ਨਹੀਂ ਕਹਿੰਦੀ ਕੋਈ ਕਲਪਨਾ ਕਰੋ, ਬਾਈਬਲ ਕਹਿੰਦੀ ਹੈ ਵਿਸ਼ਵਾਸ ਕਰੋ। ਵਿਸ਼ਵਾਸ ਇੱਕ ਅਸਲੀ ਚੀਜ਼ ਹੈ। ਹਾਲੇਲੂਇਆ, ਹਾਲੇਲੂਇਆ। ਬਾਈਬਲ ਦੱਸਦੀ ਵਿਸ਼ਵਾਸ ਆਉਂਦਾ ਕਿੱਦਾਂ ਹੈ? ਸੁਣਨ ਦੇ ਨਾਲ। ਸੁਣਨਾ ਕੀ? ਵਚਨ। ਵਚਨ ਨੂੰ ਸੁਣਨ ਦੇ ਨਾਲ ਵਿਸ਼ਵਾਸ ਆਉਂਦਾ ਹੈ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਵਚਨ ਇੱਕ ਅਜਿਹੀ ਚੀਜ਼ ਹੈ, ਜ਼ਮੀਨ ਅਸਮਾਨ ਟਾਲ ਸਕਦੇ ਪਰ ਵਚਨ ਕਦੇ ਟਾਲ ਨਹੀਂ ਸਕਦਾ। पर कल नहीं हुंदा। अगले दिन उत्थे कुछ हुंदा है, फिर कुछ होर हुंदा है। जिवें कल ते मैं विश्वासी ही, पर अज मेरा विश्वास नहीं है। ਫਿਰ ਕੁਝ ਹੋਰ ਹੁੰਦਾ ਹੈ, ਪਰ ਜਦ ਪਰਮੇਸ਼ਵਰ ਇੱਕ ਵਾਰ ਇਸ ਤੇ ਲੰਗਰ ਪਾ ਲੈਂਦਾ ਹੈ, ਤੁਸੀਂ ਵੇਖਦੇ ਹੋ ਤੁਹਾਨੂੰ ਉੱਥੇ ਕੋਈ ਵੀ ਚੀਜ਼ ਹਿਲਾ ਨਹੀਂ ਸਕਦੀ। ਏਦਾਂ ਨੀ ਤੁਹਾਡੇ ਕੋਲ ਅੱਜ ਵਿਸ਼ਵਾਸ ਹੈਗਾ ਤੇ ਕੱਲ ਨਹੀਂ ਹੋਏ, ਇਸੇ ਦੀ ਵਿਸ਼ਵਾਸ ਨਹੀਂ ਹੈ। ਇਹ ਨੀ ਇਸ ਹਫਤੇ ਹੈਗਾ, ਅਗਲੇ ਹਫਤੇ ਨਹੀਂ ਹੋਏ, ਵਿਸ਼ਵਾਸ ਮਿਲ ਗਿਆ ਹੈ, ਉਹ ਯਕੀਨਨ ਮੇਰੇ ਕੋਲ ਹੈ। ਠੀਕ ਹੈ, ਫਿਰ ਤੁਸੀਂ ਇੱਥੇ ਕਿਸ ਚੀਜ਼ ਲਈ ਖੜੇ ਹੋ? ਸਮਝੇ? ਸਮਝੇ? ਵੇਖੋ, ਤੁਹਾਡੇ ਕੰਮ ਹੀ ਇਹ ਸਾਬਤ ਕਰਦੇ ਹਨ ਕਿ ਜਿਸ ਬਾਰੇ ਤੁਸੀਂ ਕਹਿ ਰਹੇ ਹੋ ਤੁਹਾਡੇ ਕੋਲ ਨਹੀਂ ਹੈ। ਵੇਖਿਆ, ਜੇਕਰ ਤੁਹਾਡੇ ਕੋਲ ਵਿਸ਼ਵਾਸ ਹੁੰਦਾ ਤਾਂ ਫਿਰ ਤੁਸੀਂ ਪ੍ਰਾਰਥਨਾ ਦੀ ਕਤਾਰ ਵਿੱਚ ਕਿਸ ਲਈ ਖੜੇ ਹੁੰਦੇ ਹੋ? ਵੇਖਿਆ, ਤੁਸੀਂ ਇਹ ਸਭ ਕਿਸ ਲਈ ਕਰ ਰਹੇ ਹੋ? ਦੇਖੋ, ਜੇਕਰ ਤੁਹਾਡੇ ਕੋਲ ਸਿੱਧ ਵਿਸ਼ਵਾਸ ਹੁੰਦਾ ਤਾਂ ਤੁਸੀਂ ਸਿੱਧਾ ਪਰਮੇਸ਼ਵਰ ਵੱਲ ਵੇਖਦੇ ਅਤੇ ਉਸ ਤੇ ਵਿਸ਼ਵਾਸ ਕਰਦੇ ਅਤੇ ਚਲੇ ਜਾਂਦੇ, ਤੁਹਾਨੂੰ ਪ੍ਰਾਰਥਨਾ ਦੀ ਕਤਾਰ ਵਿੱਚ ਆਉਣ ਦੀ ਲੋੜ ਨਹੀਂ ਹੁੰਦੀ। ਸਿੱਧ ਵਿਸ਼ਵਾਸ ਨਹੀਂ, ਅਗਰ ਤੁਹਾਡੇ ਕੋਲ ਸਿੱਧ ਵਿਸ਼ਵਾਸ ਹੋ ਤੁਸੀਂ ਸਿੱਧਾ ਪਰਮੇਸ਼ਵਰ ਉੱਤੇ ਭਰੋਸਾ। ਤੁਹਾਨੂੰ ਇਹ ਕਰਨ ਦੀ ਲੋੜ ਨਾ ਹੁੰਦੀ ਕਿਉਂਕਿ ਤੁਹਾਡੇ ਵਿਸ਼ਵਾਸ ਨੇ ਕਰ ਦਿੱਤਾ ਹੁੰਦਾ। ਦੇਖਿਆ, ਮੈਨੂੰ ਇਹ ਕਹਿਣ ਦਾ ਕੀ ਲਾਭ ਹੋਵੇਗਾ, ਮੈਨੂੰ ਇੱਕ ਕਮੀਜ਼ ਪਾਉਣੀ ਪੈਣੀ ਹੈ ਜਦਕਿ ਮੈਂ ਪਹਿਲਾਂ ਹੀ ਕਮੀਜ਼ ਪਹਿਨੀ ਹੋਈ ਹੈ। ਨਵੀਂ ਕਹਿ ਰਿਹਾ ਜੀ, ਮੈਂ ਕਿਉਂ ਕਵਾਂਗਾ ਤਾਂ ਮੈਨੂੰ ਕਮੀਜ਼ ਪਾਉਣੀ ਪੈਣੀ ਹੈ, ਕਮੀਜ਼ ਪਾਉਣੀ ਪੈਣੀ ਜਦਕਿ ਮੈਂ ਪਹਿਲਾਂ ਹੀ ਪਾਈ ਦੀ ਹੈ? ਤੇ ਜੇ ਤੁਹਾਡੇ ਕੋਲ ਵਿਸ਼ਵਾਸ ਹੈ ਤਾਂ ਫਿਰ ਕੰਮ ਕਰੇਗਾ। ਆਮੀਨ। ਤੁਸੀਂ ਕਿਵੇਂ ਜਾਣਦੇ ਹੋ ਕਿ ਤੁਸੀਂ ਕਮੀਜ਼ ਪਹਿਨੀ ਹੋਈ ਹੈ?
ਖੈਰ ਮੈਂ ਇਸ ਨੂੰ ਵੇਖ ਸਕਦਾ ਹਾਂ, ਮਹਿਸੂਸ ਕਰ ਸਕਦਾ ਤੇ ਜਾਣਦਾ ਹਾਂ ਕਿ ਇਹ ਹੈ। ਆਮੇਨ ਹਲੇਲੂਯਾ ਆਮੇਨ। ਹੁਣ ਕਮੀਜ਼ ਪਾਈ ਹੈ ਯੈਸ, ਮੇਰੀ ਸ਼ੱਕ ਥੋੜੀ ਹੈ ਮੈਂ ਪਾਈ ਨਹੀਂ ਪਾਈ ਦੀ। ਆਮੇਨ ਹਲੇਲੂਯਾ ਹਲੇਲੂਯਾ ਹਲੇਲੂਯਾ। ਕਿ ਤੁਹਾਨੂੰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਵਿਸ਼ਵਾਸ ਕਰੋ, ਤੁਹਾਡੇ ਸਿਰ ਤੇ ਵਾਲ ਆ ਗਏ ਆ, ਇਹਦੇ ਲਈ ਤੁਹਾਨੂੰ ਵਿਸ਼ਵਾਸ ਕਰਨ ਦੀ ਲੋੜ ਆ। ਆਮੇਨ। ਹੁਣ ਤੁਹਾਡੇ ਕੋਲ ਪਤਾ ਹੈ ਕੀ ਹੈਗੇ ਆ, ਸਿਰ ਤੇ ਹੱਥ ਮਾਰ ਕੇ ਚੱਕਣ ਦੀ ਲੋੜ ਨਹੀਂ ਹੈ ਕਿ ਨਹੀਂ, ਤੁਹਾਨੂੰ ਪੱਕਾ ਆ ਕੀ ਹੈ। ਵਿਸ਼ਵਾਸ ਕਿਸੇ ਨੂੰ ਫਲ ਲੈਂਦਾ ਹੈ ਤਾਂ ਇਸ ਤਰ੍ਹਾਂ ਹੀ ਅਸਲੀ ਮਹਿਸੂਸ ਹੁੰਦਾ ਹੈ। ਤੁਹਾਨੂੰ ਹੋਰ ਨਹੀਂ, ਤੁਹਾਨੂੰ ਹੋਰ ਕਿਸੇ ਵੀ ਚੋਜ ਦੀ ਲੋੜ ਨਹੀਂ ਹੈ, ਇਹ ਪਹਿਲਾਂ ਹੀ ਹੋ ਗਿਆ ਹੈ। ਤੁਹਾਡਾ ਸੱਚਾ ਵਿਸ਼ਵਾਸ ਇਹ ਉੱਥੇ ਹੀ ਕਰ ਦੇਵੇਗਾ, ਤੁਹਾਡਾ ਸੱਚਾ ਵਿਸ਼ਵਾਸ ਇਸ ਨੂੰ ਤੁਹਾਡੇ ਲਈ ਇੰਨਾ ਅਸਲੀ ਬਣਾ ਦੇਵੇਗਾ ਕਿ ਉਸ ਔਰਤ ਵੱਲ ਵੇਖੋ ਜਿਸ ਨੂੰ ਲਹੂ ਪੈਣ ਦਾ ਰੋਗ ਸੀ। ਉਸਨੇ ਕਿਹਾ ਜੇਕਰ ਮੈਂ ਉਸਦੇ ਬਸਤਰ ਦੀ ਕੰਨੀ ਵੀ ਛੂ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ। ਉਹਨੂੰ ਕਿੰਨੇ ਦੱਸਿਆ? ਉਹਦੇ ਅੰਦਰ ਵਿਸ਼ਵਾਸ ਨਹੀਂ, ਉਹਨੇ ਕੋਈ ਲਿਖਤ ਨਹੀਂ ਪੜ੍ਹੀ ਕਿ ਉਹਦੇ ਕੱਪੜੇ ਨੂੰ ਛੂ ਕੇ ਚੰਗਾ ਹੋਣਾ ਹੈ, ਲੇਕਿਨ ਸਿੱਧ ਵਿਸ਼ਵਾਸ ਇੱਕ ਪ੍ਰਕਾਸ਼ਨ ਹੈ ਜੋ ਪਰਮੇਸ਼ਵਰ ਵੱਲੋਂ ਮਿਲਦਾ। ਉਹਦੇ ਅੰਦਰ ਸੀ, ਉਹਨੇ ਆਪਣੇ ਅੰਦਰ ਵਿਸ਼ਵਾਸ ਕੀਤਾ, ਸਿੱਧ ਵਿਸ਼ਵਾਸ ਕੀਤਾ ਕਿ ਜੇ ਮੈਂ ਕੱਪੜੇ ਨੂੰ ਛੂ ਲਾਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ। ਤੇ ਮੈਂ ਤੁਹਾਨੂੰ ਪੁੱਛਦਾ ਕਿ ਉਹਦਾ ਇਹ ਵਿਸ਼ਵਾਸ ਫੇਲ ਹੋਇਆ? ਨਹੀਂ, ਕਿਉਂਕਿ ਉਹਦੇ ਅੰਦਰ ਪਰਫੈਕਟ ਫੇਲ ਪ੍ਰਾਪਤ ਕਰ ਚੁੱਕੀ, ਉਹਨੇ ਸੱਚਮੁੱਚ ਛੂਇਆ। ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ। ਭਗਵਾਨ ਨੇ ਕਿਹਾ ਔਰਤ ਸਿੱਧ ਵਿਸ਼ਵਾਸ ਨਾਲ ਆਈ ਸੀ। ਹੁਣ ਅਸੀਂ ਵੇਖਦੇ ਹਾਂ ਕਿ ਪਹਿਲਾਂ ਚੇਲਿਆਂ ਕੋਲ ਸਿੱਧ ਵਿਸ਼ਵਾਸ ਨਹੀਂ ਸੀ, ਉਹਨਾਂ ਕੋਲੇ ਨਹੀਂ ਸੀ ਕਿਉਂਕਿ ਮਸੀਹ ਉਹਨਾਂ ਦੇ ਨਾਲ ਚੱਲ ਰਿਹਾ ਸੀ। ਤੁਹਾਨੂੰ ਪਤਾ ਉਹਨੇ ਕਿਹਾ ਚੇਲਿਆਂ ਦੇ ਕੋਲ ਵੀ ਸਿੱਧ ਵਿਸ਼ਵਾਸ ਨਹੀਂ ਸੀਗਾ। ਅੱਜ ਵੀ ਬਹੁਤ ਸਾਰੇ ਚੇਲੇ ਆ ਜਿਹਨਾਂ ਕੋਲ ਸਿੱਧ ਵਿਸ਼ਵਾਸ ਇੰਨੀ ਹੈ। ਉਦੋਂ ਵੀ ਚੇਲੇ ਸੀਗੇ ਜਿਹਨਾਂ ਕੋਲ ਸਿੱਧ ਵਿਸ਼ਵਾਸ ਨਹੀਂ ਸੀ, ਕਿਉਂਕਿ ਮਸੀਹ ਉਹਨਾਂ ਦੇ ਨਾਲ ਚੱਲ ਰਿਹਾ ਸੀ। ਮਸੀਹ ਜਦੋਂ ਨਾਲ ਹੈ ਤਾਂ ਫਿਰ ਸਿੱਧ ਵਿਸ਼ਵਾਸ ਨਹੀਂ ਹੋ ਸਕਦਾ। ਯੂਰਤੀ ਮਸੀਹ ਦੇ ਨਾਲ ਹੋ ਤਾਂ ਫਿਰ ਸਿੱਧ ਵਿਸ਼ਵਾਸ ਨਹੀਂ ਹੋ ਸਕਦਾ। ਪ੍ਰਸਿੱਧ ਵਿਸ਼ਵਾਸ ਉਦੋਂ ਹੋਣਾ ਹੈ ਜਦੋਂ ਮਸੀਹ ਤੁਹਾਡੇ ਅੰਦਰ ਹੋਏਗਾ। ਆਮੇਨ ਆਮੇਨ ਹਲੇਲੂਯਾ। ਉਹਨੇ ਕਿਹਾ ਕਿਉਂਕਿ ਮਸੀਹ ਉਹਨਾਂ ਦੇ ਨਾਲ ਚੱਲ ਰਿਹਾ ਸੀ ਪਰ ਬਾਅਦ ਵਿੱਚ ਮਸੀਹ ਉਹਨਾਂ ਦੇ ਅੰਦਰ ਸੀ। ਆਮੇਨ ਆਮੇਨ। ਜੇ ਤੁਸੀਂ ਦੇਖਦੇ ਹੋ ਕਿ ਪਵਿੱਤਰ ਆਤਮਾ ਤੋਂ ਬਿਨਾਂ ਸਿੱਧ ਵਿਸ਼ਵਾਸ ਹੋਣਾ ਬਹੁਤ ਔਖਾ ਹੈ। ਆਮੇਨ ਆਮੇਨ ਹਲੇਲੂਯਾ। ਮੇਨ ਪੁਆਇੰਟ ਹੈ ਆਮੇਨ, ਸਿੱਧ ਵਿਸ਼ਵਾਸ ਤਦ ਤੱਕ ਨਹੀਂ ਹੋ ਸਕਦਾ ਜਦ ਤੱਕ ਪਵਿੱਤਰ ਆਤਮਾ ਨਾਲ ਬਪਤਿਸਮਾ ਨਹੀਂ ਹੁੰਦਾ। ਆਮੇਨ ਆਮੇਨ। ਪਵਿੱਤਰ ਆਤਮਾ ਨੂੰ ਹੀ ਉਸ ਨੂੰ ਲੈ ਕੇ ਆਉਣਾ ਹੈ ਅਤੇ ਉਹ ਲੈ ਕੇ ਵੀ ਆਉਂਦਾ ਹੈ। ਆਮੇਨ। ਤੁਸੀਂ ਕਹਿੰਦੇ ਹੋ ਚੇਲਿਆਂ ਕੋਲ ਸਿੱਧ ਵਿਸ਼ਵਾਸ ਨਹੀਂ ਸੀ? ਨਹੀਂ, ਕਿਉਂਕਿ ਉੱਥੇ ਇੱਕ ਮੁੰਡਾ ਸੀ ਜਿਸ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ ਅਤੇ ਉਸ ਵਿੱਚ ਦੁਸ਼ਟ ਆਤਮਾ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਕੱਢ ਨਹੀਂ ਸਕੇ। ਅਤੇ ਉਸਦਾ ਪਿਤਾ ਯਿਸੂ ਕੋਲ ਆਇਆ ਤੇ ਕਿਹਾ ਮੈਂ ਆਪਣੇ ਪੁੱਤਰ ਨੂੰ ਤੁਹਾਡੇ ਚੇਲਿਆਂ ਕੋਲ ਲੈ ਕੇ ਆਇਆ ਪਰ ਉਹ ਇਸ ਨੂੰ ਚੰਗਾ ਨਹੀਂ ਕਰ ਸਕੇ। ਅਤੇ ਬਾਅਦ ਵਿੱਚ ਚੇਲਿਆਂ ਨੇ ਯਿਸੂ ਕੋਲ ਪੁੱਛਿਆ ਅਸੀਂ ਉਸਨੂੰ ਚੰਗਾ ਕਿਉਂ ਨਹੀਂ ਕਰ ਸਕੇ? ਅਤੇ ਯਿਸੂ ਨੇ ਕਿਹਾ ਤੁਹਾਡੇ ਘੱਟ ਵਿਸ਼ਵਾਸ ਬੇਪਰਦੀਤੀ ਕਰ। ਹੁਣ ਯਾਦ ਰਹੇ ਉਹਨਾਂ ਕੋਲ ਸਮਰਥ ਸੀ, ਉਹਨਾਂ ਕੋਲ ਸਮਰਥ ਸੀ। ਯਿਸੂ ਨੇ ਬਸ ਕੁਝ ਹੀ ਦਿਨ ਪਹਿਲਾਂ ਉਹਨਾਂ ਨੂੰ ਬਿਮਾਰਾਂ ਨੂੰ ਚੰਗਿਆ ਕਰਨ ਲਈ, ਮੁਰਦੇ ਜਿਉਂਦੇ ਕਰਨ ਲਈ ਅਤੇ ਭੂਤਾਂ ਨੂੰ ਕੱਢਣ ਲਈ ਸਮਰਥ ਦਿੱਤੀ ਸੀ। ਉਹਨਾਂ ਕੋਲ ਸਮਰਥ ਸੀ ਪਰ ਉਹ ਸਮਰਥ ਦੀ ਵਰਤੋਂ ਕਰਨ ਲਈ ਵਿਸ਼ਵਾਸ ਨਹੀਂ ਸੀ। ਆਮੇਨ ਆਮੇਨ ਹਾਲੇਲੂਯਾ। ਯਿਸੂ ਮਸੀਹ ਨੇ ਸਾਨੂੰ ਅਧਿਕਾਰ ਦਿੱਤਾ ਹੈ ਜਾਓ ਤੇ ਬਿਮਾਰਾਂ ਨੂੰ
ਚੰਗੇ ਕਰੋ ਦੁਸ਼ਟ ਆਤਮਾ ਨੂੰ ਕੱਢੋ ਤੇ ਸੱਪਾਂ ਨੂੰ ਚੁੱਕ ਲੋਗੇ ਆਮੇਨ ਅਗਰ ਜ਼ਹਿਰ ਵਾਲੀ ਵਸਤੂ ਵੀ ਤੁਸੀਂ ਪੀ ਲਓ ਤੁਹਾਡਾ ਕੋਈ ਨੁਕਸਾਨ ਨਹੀਂ ਪਹੁੰਚਾਏਗੀ ਇਹ ਉਹਨੇ ਸਾਮਰਥ ਦਿੱਤੀ ਹੈ ਆਮੇਨ ਪਰ ਇਹ ਸਾਮਰਥ ਬਿਨਾਂ ਸਿੱਧ ਵਿਸ਼ਵਾਸ ਦੇ ਐਕਟਿਵ ਨਹੀਂ ਹੋ ਸਕਦੀ ਸੱਚ ਆਮੇਨ ਆਮੇਨ ਹਾਲੇਲੂਇਆ ਤੇ ਫੋਨ ਚ ਸਿਮ ਪਾਈ ਹੈ ਕਾਫੀ ਨਹੀਂ ਹੈ ਉਸ ਸਿਮ ਨੂੰ ਐਕਟੀਵੇਟ ਕਰਨਾ ਪੈਂਦਾ ਹੈ ਆਮੇਨ ਆਮੇਨ लेकिन तद तक नहीं होना जब तक एक्टिव नहीं हुंदा एक्टिव हुंदा है पवित्र आत्मा दे नाल ਹੁਣ ਯਾਦ ਰਹੇ ਉਹਨਾਂ ਕੋਲ ਸਮਰਥ ਸੀ ਯਿਸੂ ਨੇ ਬਸ ਕੁਝ ਦਿਨ ਪਹਿਲਾਂ ਉਹਨਾਂ ਨੂੰ ਬਿਮਾਰਾਂ ਨੂੰ ਚੰਗੇ ਕਰਨ ਲਈ ਮੁਰਦੇ ਜਿਉਂਦੇ ਕਰਨ ਲਈ ਤੇ ਭੂਤਾਂ ਨੂੰ ਕੱਢਣ ਲਈ ਸਮਰਥ ਦਿੱਤੀ ਸੀ ਉਹਨਾਂ ਕੋਲ ਸਮਰਥ ਸੀ ਪਰ ਉਹ ਸਮਰਥ ਦੀ ਵਰਤੋਂ ਕਰਨ ਲਈ ਵਿਸ਼ਵਾਸ ਨਹੀਂ ਸੀ ਹੁਣ ਇੱਥੇ ਬਾਰਾਮ ਡੇਰਾ ਹੈ ਅੱਜ ਕਲੀਸੀਆ ਅੱਜ ਦੀ ਦੁਲਹਨ ਦੀ ਵੀ ਇਹੀ ਹਾਲਤ ਹੈ ਜਰਾ ਕੁ ਸੋਚੋ ਇਸ ਗੱਲਾਂ ਤੇ ਅੱਜ ਦੀ ਕਲੀਸੀਆ ਦੀ ਵੀ ਉਹਨੇ ਕਿਹਾ ਦੁਲਹਨ ਦੀ ਵੀ ਇਹੀ ਹਾਲਤ ਹੈ ਪਵਿੱਤਰ ਆਤਮਾ ਸਾਮਰਥ ਦੇ ਨਾਲ ਇੱਥੇ ਹੈ ਪਰ ਤੁਹਾਡੇ ਕੋਲ ਉਸਦਾ ਇਸਤੇਮਾਲ ਕਰਨ ਲਈ ਉਹ ਵਿਸ਼ਵਾਸ ਨਹੀਂ ਹੈ ਓ ਹਾਲੇਲੂਇਆ ਕਾਸ਼ ਕਿ ਇਹ ਤੇ ਰੁਕ ਸਕੀਏ ਵੀ ਕਿ ਉੱਥੇ ਹੀ ਹੋ ਪਰ ਸਾਡੇ ਕੋਲ ਉਹਨੂੰ ਇਸਤੇਮਾਲ ਕਰਨ ਲਈ ਵਿਸ਼ਵਾਸ ਨਹੀਂ ਹੈ ਆਮੇਨ ਸਮਝੇ ਮੇਰਾ ਕੀ ਮਤਲਬ ਹੈ ਆਮੇਨ ਇਸ ਨੂੰ ਪਵਿੱਤਰ ਆਤਮਾ ਦੁਆਰਾ ਹੀ ਹਿਲਾਇਆ ਜਾ ਸਕਦਾ ਹੈ ਕਿਤੇ ਚਾਹੁੰਦੇ ਪਵਿੱਤਰ ਆਤਮਾ ਫਿਰ ਉਹ ਸਾਡੇ ਅੰਦਰ ਉਹ ਸਾਮਰਥ ਨੂੰ ਐਕਟਿਵ ਕਰੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ ਆਮੇਨ ਤੁਹਾਨੂੰ ਪਤਾ ਨਹੀਂ ਜਦੋਂ ਅਬਰਾਹਮ ਨੇ ਇਹ ਸੰਦੇਸ਼ ਪ੍ਰਚਾਰ ਕੀਤਾ ਇਹ ਸੂਰਜ ਦਾ ਚੜ੍ਹਨਾ ਹੈ ਆਮੇਨ ਉਹਨੇ ਕਿਹਾ ਕਾਰ ਹੈਗੀ ਹੈ ਉਹ ਬਿਲਕੁਲ ਸੋਹਣੀ ਆ ਵਧੀਆ ਹੈ ਉਹ ਚ ਪੈਟਰੋਲ ਵੀ ਹੈ ਪਰ ਜਦ ਤੱਕ ਚੰਗਿਆਰੀ ਨਹੀਂ ਉਹ ਕਾਰ ਤੁਰੇਗੀ ਨਹੀਂ ਆਮੇਨ 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 ਮੈਂ ਨਹੀਂ ਕਹਿੰਦਾ ਕਿ ਤੁਹਾਡੇ ਅੰਦਰ ਤੁਸੀਂ ਤੁਹਾਡੇ ਅੰਦਰ ਅਧਿਕਾਰ ਹੈ ਆਮੇਨ ਹਰ ਇੱਕ ਵਿਸ਼ਵਾਸੀ ਨਾਲ ਇਹ ਵਾਅਦਾ ਹੈ ਤੁਸੀਂ ਬਿਮਾਰਾਂ ਲਈ ਪ੍ਰਾਰਥਨਾ ਕਰੋਗੇ ਚੰਗੇ ਹੋ ਜਾਣਗੇ ਉਹਨੇ ਆ ਕੇ ਹੋਏਗਾ ਆਮੇਨ ਹਾਲੇਲੂਇਆ ਸਾਮਰਥ ਤਾਂ ਦਿੱਤੀ ਗਈ ਲੇਕਿਨ ਇਹ ਪਵਿੱਤਰ ਬਿਨਾਂ ਪਵਿੱਤਰ ਆਤਮਾ ਦੇ ਨੇ ਐਕਟਿਵ ਨਹੀਂ ਹੋਣਾ ਪਰ ਸੱਚਮੁੱਚ ਜਦੋਂ ਪਵਿੱਤਰ ਆਤਮਾ ਤੁਹਾਡੇ ਅੰਦਰ ਆਏ ਔਰ ਤੁਹਾਡੇ ਅੰਦਰ ਸਿੱਧ ਵਿਸ਼ਵਾਸ ਨੂੰ ਪੈਦਾ ਕਰੇ ਆਮੇਨ ਫਿਰ ਤੁਸੀਂ ਇੱਕ ਕਰੋੜਾਂ ਹੀ ਦੁਸ਼ਟ ਆਤਮਿਆਂ ਦੇ ਸਾਹਮਣੇ ਇੱਕ ਯੋਧੇ ਹੋਵੋਗੇ ਕਦੇ ਪੂਰੇ ਨਰਕ ਦੇ ਸਾਹਮਣੇ ਖੜੇ ਹੋ ਸਕਦੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ ਆਮੇਨ ਆਮੀਨ ਆਮੇਨ ਜਦ ਤੁਹਾਡੇ ਕੋਲ ਸਿੱਧ ਵਿਸ਼ਵਾਸ ਹੈ ਆਮੇਨ ਤੇ ਵੀ ਨਿਕਾ ਤੀ ਬਿਮਾਰ ਕੋ ਜਾਂਦੇ ਹੋ ਆਮੇਨ ਤੇ ਉਹਨੂੰ ਕਹਿੰਦੇ ਯਹੋਵਾ ਇੰਜ ਫਰਮਾਉਂਦਾ ਹੈ ਆਮੇਨ ਫਿਰ ਉਹਨੇ ਕਿਹਾ ਹਜ਼ਾਰਾਂ ਹੀ ਭਾਵੇਂ ਇਹਦੇ ਵਿਰੋਧ ਹੋਣ ਇਹਦੇ ਵਿਸ਼ਵਾਸ ਨਾ ਕਰਨ ਪਰ ਹੋ ਕੇ ਰਹੇਗਾ ਹਾਲੇਲੂਇਆ ਤੁਹਾਨੂੰ ਪਤਾ ਕਿ ਯਹੋਸ਼ੂਆ ਯੁੱਧ ਲੜ ਰਿਹਾ ਸੀ ਆਮੇਨ ਹਾਲੇਲੂਇਆ ਹਾਲੇਲੂਇਆ ਯੁੱਧ ਲੜਦੇ ਜਦੋਂ ਹਨੇਰਾ ਹੋਣ ਲੱਗਾ ਇਹਨੇ ਦੇਖਿਆ ਕਿ ਹਨੇਰੇ 'ਚ ਲੜਨਾ ਮੁਸ਼ਕਿਲ ਆ ਆਮੇਨ ਤੁਹਾਨੂੰ ਪਤਾ ਉਹਨੇ ਸੂਰਜ ਨੂੰ ਕਿਹਾ ਥੰਮ ਜਾ ਆਮੇਨ ਬੰਦਾ ਸੂਰਜ ਨੂੰ ਕਹਿ ਰਿਹਾ ਥੰਮ ਜਾ ਇੱਥੇ ਰੁਕਿਆ ਰਿਹਾ ਜਦ ਤੱਕ ਜਾਂਗਣੀ ਜਿੱਤੀ ਜਾਂਦੀ ਹੈ ਔਰ ਸੂਰਜ ਚਮਕਦਾ ਰਿਹਾ ਹਾਲੇਲੂਇਆ ਸਾਨੂੰ ਨਹੀਂ ਪਤਾ ਸ਼ਾਮ ਵਾਲੇ 8 ਵਜ ਗਏ 9 ਵਜ ਗਏ ਹੋਣਗੇ 10 ਵਜ ਗਏ ਹੋਣਗੇ ਪਰ ਸੂਰਜ ਨਹੀਂ ਡੁੱਬਿਆ ਆਮੇਨ ਇਹ ਕਿਦਾਂ ਹੋਇਆ ਵਿਸ਼ਵਾਸ ਦੇ ਨਾਲ ਸਿੱਧ ਵਿਸ਼ਵਾਸ ਦੇ ਨਾਲ ਆਮੇਨ ਪਤਾ ਸੀ ਇਹ ਰੁਕੇਗਾ ਕਿਉਂਕਿ ਕੁਦਰਤ ਮੇਰੇ ਪਰਮੇਸ਼ਵਰ ਦੀ ਬਣਾਈ ਹੋਈ ਹੈ ਮੰਡਿਆ ਉਹ ਸੂਰਜ ਬਣਿਆ ਉਹੀ ਪਰਮੇਸ਼ਵਰ ਤੁਹਾਡੇ ਅੰਦਰ ਆ ਫਿਰ ਤੂੰ ਇਹ ਕੰਮ ਕਰ ਸਕਦਾ ਜਿਹੜੇ जो करेगा उसने क्या उस मेरे को लियाओ क्योंकि ਉਹ ਜਾਣਦਾ ਸੀ ਕਿ ਉਹ ਵਚਨ ਸੀ ਅਤੇ ਉਸ ਨੂੰ ਪਰਮੇਸ਼ਰ ਤੇ ਵਿਸ਼ਵਾਸ ਸੀ ਜਿਸ ਨੇ ਉਸ ਨੂੰ ਵਚਨ ਬਣਾਇਆ ਸੀ ਉਹ ਪਰਮੇਸ਼ਰ ਸੀ ਅਤੇ ਉਹ ਉਸ ਦੇ ਅੰਦਰ ਸੀ ਅਤੇ ਉਸ ਨੇ ਹੀ ਉਸ ਨੂੰ ਵਿਸ਼ਵਾਸ ਦਿੱਤਾ ਹੈ ਕਿ ਉਹ ਆਪਣੀ ਜਗ੍ਹਾ ਨੂੰ ਪਛਾਣਦਾ ਹੈ ਉਹ ਜਾਣਦਾ ਸੀ ਕਿ ਉਹ ਕੀ ਸੀ ਕਿਉਂਕਿ ਲਿਖਤਾਂ ਦੱਸਦੀਆਂ ਸਨ ਕਿ ਉਹ ਇਹ ਸੀ ਆਮੇਨ ਹਾਲੇਲੂਇਆ ਹਾਲੇਲੂਇਆ ਉਹਦੇ ਨਾਲ ਮਹਿਮਾ ਮਿਲੇ ਆਮੇਨ ਇਸ ਲਈ ਉਸਨੇ ਉਸ ਉੱਤੇ ਭਰੋਸਾ ਰੱਖਿਆ ਜੋ ਉਸ ਨੂੰ ਪਰਮੇਸ਼ਰ ਨੇ ਬਣਾਇਆ ਸੀ
ਅਤੇ ਜੇਕਰ ਉਸਨੇ ਅਜਿਹਾ ਕੀਤਾ ਤਾਂ ਕੀ ਅਸੀਂ ਇਹ ਭਰੋਸਾ ਨਹੀਂ ਕਰ ਸਕਦੇ ਕਿ ਪਰਮੇਸ਼ਰ ਨੇ ਸਾਨੂੰ ਵਿਸ਼ਵਾਸੀ ਬਣਾਇਆ? ਇਸ ਮਸੀਹ ਦੇ ਅੰਦਰ ਸਿੱਧ ਵਿਸ਼ਵਾਸ ਸੀ, ਪਤਾ ਸੀ ਕਿ ਪਰਮੇਸ਼ਰ ਨੂੰ ਕੀ ਬਣਾਇਆ ਆ। ਉਹ ਆਪਣਾ ਸਥਾਨ ਜਾਣਦਾ ਸੀ, ਧਿਆਨ ਨਾਲ ਸੁਣੋ, ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ। ਉਹ ਆਪਣਾ ਸਥਾਨ ਜਾਣਦਾ ਸੀ ਕਿ ਮੈਂ ਕੀ ਆ, ਆਮੇਨ, ਔਰ ਮੈਨੂੰ ਕੀ ਅਧਿਕਾਰ ਦਿੱਤਾ ਗਿਆ, ਆਮੇਨ। ਉਹ ਪਛਾਣਦਾ ਸੀ ਉਹਨੂੰ ਕੀ ਪਾਵਰ ਦਿੱਤੀ ਗਈ ਹੈ, ਆਮੇਨ ਹਾਲੇਲੂਇਆ ਹਾਲੇਲੂਇਆ ਆਮੇਨ ਆਮੇਨ। ਇਸ ਲਈ ਉਹ ਕਰ ਸਕਦਾ ਸੀ, ਆਮੇਨ। ਨਬੀ ਨੇ ਕਿਹਾ ਜੀ ਉਹ ਕਰ ਸਕਦਾ ਸੀ ਕਿ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਉਹਨੇ ਤੁਹਾਨੂੰ ਵਿਸ਼ਵਾਸੀ ਬਣਾਇਆ, ਆਮੇਨ। ਕਿੰਨਿਆਂ ਨੂੰ ਉਹਨੇ ਸ਼ੱਕੀ ਬਣਾਇਆ, ਵਿਸ਼ਵਾਸੀ ਹੋ ਕੀ ਆਪਣੀ ਪਾਵਰ ਨੂੰ ਜਾਣਦੇ ਹੋ, ਕੀ ਆਪਣੀ ਅਥੋਰਿਟੀ ਨੂੰ ਜਾਣਦੇ ਹੋ, ਕੀ ਆਪਣੇ ਅਧਿਕਾਰ ਨੂੰ ਜਾਣਦੇ ਹੋ। ਗੱਲ ਕਰ ਰਹੇ ਭਾਈ ਨਾ, ਮੈਂ ਕਿਹਾ ਅੱਜ ਤੱਕ ਕਦੀ ਇੰਨੀਆਂ ਦੁਸ਼ਟ ਆਤਮਾਵਾਂ ਦੇ ਨਾਲ ਜਕੜੇ ਹੋਏ ਨਾਲ ਪ੍ਰਾਰਥਨਾ ਨਹੀਂ ਕੀਤੀ ਜਿੰਨੀਆਂ ਲੋਕਡਾਊਨ ਚ ਕੀਤੀ। ਸੱਚੀ ਗੱਲ ਹੈ, ਉਹਦੀ ਹਾਲਤ ਉਹਨੇ ਮੈਨੂੰ ਕਿਹਾ ਕਿ ਮੇਰੀ ਕੁੜੀਆਂ ਦੀ ਜ਼ਿੰਮੇਦਾਰੀ ਤੁਹਾਡੇ ਤੇ ਆ, ਤੁਸੀਂ ਬਾਅਦ ਚ ਦੇਖਿਓ ਇਹਨਾਂ ਨੂੰ, ਮੈਂ ਚਲੇ ਜਾਣਾ ਹੈ। ਉਸ ਗੱਲ ਮੈਂ ਪੂਰਾ ਟੁੱਟ ਗਿਆ, ਮੇਰਾ ਹੱਥ ਫੜਿਆ, ਕਦੀ ਵਿਸ਼ਵਾਸ ਕਰੋ ਕੁਛ ਨੀ ਹੁੰਦਾ। ਔਰ ਬਬਰਾਨਮ ਦਾ ਪ੍ਰਾਰਥਨਾ ਕੀਤਾ ਹੋਇਆ ਕੱਪੜਾ ਮੇਰੇ ਕੋਲ ਸੀ, ਕਦੇ ਨੀ ਵਰਤਿਆ ਉਹਨੂੰ, ਔਰ ਉਹਦੇ ਮੈਨੂੰ ਪ੍ਰੇਰਨਾ ਹੋਈ ਕਿ ਕੱਪੜਾ ਕੱਢਿਆ ਜਾਏ, ਔਰ ਪ੍ਰਾਰਥਨਾ ਕੀਤੀ ਮੈਂ ਪ੍ਰਭੂ ਇਹ ਉਹੀ ਕੱਪੜਾ ਆ ਜਿਹਦੇ ਤੇਰੇ ਨਬੀ ਨੇ ਪ੍ਰਾਰਥਨਾ ਕੀਤੀ, ਜਿਹਨੂੰ ਤੂੰ ਇਹ ਕਿਹਾ ਤੇਰੀ ਦੁਆ ਦੇ ਅੱਗੇ ਕੈਂਸਰ ਵੀ ਖੜਾ ਹੋਇਆ। ਔਰ ਵਿਸ਼ਵਾਸ ਕੀਤਾ ਉਸ ਵੇਲੇ ਦੁਸ਼ਟ ਆਤਮਾ ਬੋਲ ਪਿਆ, ਔਰ ਉਹਨੇ ਇਹ ਕਿਹਾ ਮੈਂ ਕਰੋ ਮੈਨੂੰ ਲੈ ਜਾਣਾ ਸੀ, ਪਰ ਤੁਹਾਡੀਆਂ ਪ੍ਰਾਰਥਨਾਵਾਂ ਨੇ ਇਹਨੂੰ ਫੜ ਕੇ ਰੱਖਿਆ। ਭੈਣ ਰੂਪਾ ਜੀ ਨੇ ਬਪਤਿਸਮਾ ਲਿਆ ਦੁਸ਼ਟਾਤਮਾ ਦਾ ਬਹੁਤ 22 ਸਾਲਾਂ ਤੋਂ, ਨਾਲ ਦੇ ਉਹਨਾਂ ਦੇ ਗੁਆਂਢੀ ਦੇ ਇੱਕ ਹੋਰ ਵਿਸ਼ਵਾਸੀ ਹੈ, ਆਪਣੇ ਚਰਚ ਦਾ ਨੀ ਕਿ ਉਹ ਚਰਚ ਦਾ, ਉਹ ਵੀ ਵਿਸ਼ਵਾਸੀ ਹੈ। ਉਹਨੂੰ ਭਾਈ ਉਹਨਾਂ ਨੇ ਕਿਹਾ ਵੀ ਆਓ ਫਿਰ ਤੇ ਪ੍ਰਾਰਥਨਾ ਕਰ ਦਿਓ, ਕਹਿੰਦਾ ਨਾ ਪੂਰੇ ਟੱਬਰ ਨੇ ਖੇਡਣ ਲੱਗ ਪੈਣਾ, ਲੇਕਿਨ ਅਸੀਂ ਤੇ ਜਾ ਕੇ ਪ੍ਰਾਰਥਨਾ ਕਰਦੇ ਰਹੇ, ਔਰ ਅੱਜ ਉਸ ਭੈਣ ਨੇ ਬਪਤਿਸਮਾ ਲਿਆ, ਹਾਲੇਲੂਇਆ ਆਮੇਨ, ਉਹਦੇ ਨਾਲ ਮਹਿਮਾ ਮਿਲੇ, ਆਮੇਨ ਹਾਲੇਲੂਇਆ ਹਾਲੇਲੂਇਆ ਆਮੀਨ ਆਮੇਨ। ਇਸ ਲਈ ਉਸਨੇ ਉਸ ਉੱਤੇ ਭਰੋਸਾ ਰੱਖਿਆ ਜੋ ਉਸਨੂੰ ਪਰਮੇਸ਼ਰ ਨੇ ਬਣਾਇਆ ਸੀ, ਕਿ ਤੁਸੀਂ ਭਰੋਸਾ ਕਰਦੇ ਹੋ ਪਰਮੇਸ਼ਰ ਤੁਹਾਨੂੰ ਵਿਸ਼ਵਾਸੀ ਬਣਾਇਆ ਆ, ਹਾਲੇਲੂਇਆ ਹਾਲੇਲੂਇਆ। ਉਸਨੇ ਅਜਿਹਾ ਕੀਤਾ ਤਾਂ ਕੀ ਅਸੀਂ ਭਰੋਸਾ ਨਹੀਂ ਕਰ ਸਕਦੇ ਕਿ ਪਰਮੇਸ਼ਰ ਨੇ ਸਾਨੂੰ ਵਿਸ਼ਵਾਸੀ ਬਣਾਇਆ, ਨਿਸ਼ਚਾ ਕਰਨ ਵਾਲੇ ਦੇ ਨਾਲ ਇਹ ਨਿਸ਼ਾਨ ਹੋਣਗੇ। ਉਸ ਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਉਹ ਕੌਣ ਸੀ, ਅਤੇ ਜੇਕਰ ਤੁਸੀਂ ਇੱਕ ਵਿਸ਼ਵਾਸੀ ਹੋ ਤਾਂ ਤੁਹਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਕਿ ਤੁਸੀਂ ਕੌਣ ਹੋ, ਤੁਸੀਂ ਇੱਕ ਵਿਸ਼ਵਾਸੀ ਹੋ, ਆਮੀਨ ਹਾਲੇਲੂਇਆ ਹਾਲੇਲੂਇਆ। ਦੁਨੀਆ ਦੀ ਸਭ ਤੋਂ ਉੱਚੀ ਪਦਵੀ ਹੈ ਵਿਸ਼ਵਾਸੀ ਹੋਣਾ, ਆਮੀਨ, ਪ੍ਰਭੂ ਦੇ ਸੇਵਕ ਹੋਣਾ, ਪ੍ਰਭੂ ਦੇ ਵਿੱਚ ਹੋਣਾ, ਆਮੀਨ, ਸਭ ਤੋਂ ਉੱਚੀ ਪਦਵੀ ਹੈ, ਆਮੀਨ। ਗੁਰਨਾਮ ਨੇ ਗੱਲ ਸੁਣਾਈ ਕਿ ਇੱਕ ਵਾਰੀ ਪ੍ਰੈਜ਼ੀਡੈਂਟ ਸੀਗਾ ਜੋ ਆਪਣੇ ਆਫਿਸ 'ਚ ਬੈਠਾ ਸੀ, ਆਮੀਨ ਹਾਲੇਲੂਇਆ ਹਾਲੇਲੂਇਆ। ਇੱਕ ਸੇਵਕ ਉਹਦੇ ਆਫਿਸ 'ਚ ਗਿਆ, ਔਰ ਉਸ ਮਿਨਿਸਟਰ ਨੇ ਪੁੱਛਿਆ ਕਿ ਤੂੰ ਕੌਣ ਹੈ, ਬੰਦਾ ਪ੍ਰੈਜ਼ੀਡੈਂਟ ਹੀ, ਉਹਨੇ ਪੁੱਛਿਆ ਉਹਦੇ ਬਾਰੇ ਇੰਟਰੋਡਕਸ਼ਨ ਜਦੋਂ ਲਈ ਤੂੰ ਕੌਣ ਆ, ਉਹਨੇ ਦੱਸਿਆ ਮੈਂ ਪਾਸਟਰ ਆ, ਅਤੇ ਉਹ ਪ੍ਰੈਜ਼ੀਡੈਂਟ ਆਪਣੀ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ, ਇਹਦੇ ਨਾਲ ਵੀ ਜ਼ਿਆਦਾ ਉੱਚੀ ਪਦਵੀ ਹੈ, ਉਹ ਤੇ ਦੁਨੀਆ ਦੇ ਕਾਨੂੰਨ ਤੇ ਵਿਵਸਥਾ ਦੇ ਹੇਠ ਹੈ, ਪਰ ਅਸੀਂ ਜੋ ਮਸੀਹੀ ਆ ਵਿਸ਼ਵਾਸ ਹੋਣਾ ਚਾਹੀਦਾ, ਵਿਸ਼ਵਾਸ ਹੋ ਜੋ ਦਿਮਾਗ ਤੋਂ ਨਹੀਂ ਜੋ ਹਿਰਦੇ ਤੋਂ ਨਿਕਲੇ, ਹਾਲੇਲੂਇਆ। ਔਰ ਨਬੀ ਨੇ ਕਿਹਾ ਜੇਕਰ ਸਾਡਾ ਮਨ ਸਾਡੇ ਉੱਤੇ ਦੋਸ਼ ਲਾਉਂਦਾ ਹੈ ਤਾਂ ਫਿਰ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। ਕਈ ਵਾਰ ਸਾਡਾ ਮਨ ਸਾਨੂੰ ਕਈ ਚੀਜ਼ਾਂ ਤੋਂ ਦੋਸ਼ੀ ਠਹਿਰਾਉਂਦਾ ਆ,
ਪਰ ਪਤਾ ਨਬੀ ਵੀ ਇੱਕ ਵਾਰੀ ਪ੍ਰਾਰਥਨਾ ਕਰਨ ਗਿਆ ਸੀ ਕੁੜੀ ਉੱਤੇ ਇਸ ਤੋਂ ਪਹਿਲੇ ਥੋੜੀ ਦੇਰ ਪਹਿਲੇ ਉਹਨੇ ਝੂਠ ਬੋਲਿਆ ਸੀਗਾ ਇੱਕ ਮਨ ਦੋਸ਼ੀ ਠਹਿਰਾਉਂਦਾ ਹੈ ਧਿਆਨ ਨਾਲ ਸੁਣਿਓ ਜੇਕਰ ਸਾਡਾ ਮਨ ਸਾਡੇ ਉੱਤੇ ਦੋਸ਼ ਲਾਉਂਦਾ ਹੈ ਤਾਂ ਫਿਰ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਪਰ ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਫਿਰ ਸਾਡੇ ਕੋਲ ਵਿਸ਼ਵਾਸ ਹੈ ਪਰਮੇਸ਼ਰ ਦੇ ਅੱਗੇ ਸਾਨੂੰ ਦਲੇਰੀ ਹੈ ਲੇਕਿਨ ਤੁਸੀਂ ਇਹ ਪੜ੍ਹਨਾ ਚਾਹੁੰਦੇ ਹੋ ਤਾਂ ਇਹ ਸੰਤ ਯੂਹੰਨਾ ਦੀ ਪਹਿਲੀ ਪੱਤਰੀ 3:21 ਵਿੱਚ ਲਿਖਿਆ ਹੈ ਉੱਥੇ ਲਿਖਿਆ ਹੁਣ ਧਿਆਨ ਇਹ ਲਿਖੀ ਹੈ ਉੱਥੇ ਗੱਲ ਕਿ ਸਾਨੂੰ ਪਰਮੇਸ਼ਰ ਅੱਗੇ ਦਲੇਰੀ ਹੋਣੀ ਚਾਹੀਦੀ ਹੈ ਹਾਲੇਲੂਇਆ ਹੁਣ ਧਿਆਨ ਦਿਓ ਸੰਤ ਯੂਹੰਨਾ ਮੇਰਾ ਮਤਲਬ ਯੂਹੰਨਾ ਦੀ ਪਹਿਲੀ ਪੱਤਰੀ 3:21 ਧਿਆਨ ਦਿਓ ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਪਰਮੇਸ਼ਰ ਦੇ ਅੱਗੇ ਸਾਨੂੰ ਦਲੇਰੀ ਹੈ ਇਹ ਲਿਖਿਆ ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਪਰਮੇਸ਼ਰ ਦੇ ਅੱਗੇ ਸਾਨੂੰ ਦਲੇਰੀ ਹੈ ਜੇ ਕੋਈ ਚੀਜ਼ ਸਾਨੂੰ ਦੋਸ਼ੀ ਨਹੀਂ ਠਹਿਰਾ ਰਹੀ ਤਾਂ ਦਲੇਰੀ ਨਾਲ ਕੰਮ ਕਰ ਸਕਦੇ ਹਾਂ ਜੇ ਕੋਈ ਗਲਤੀ ਕਰ ਦਿੱਤੀ ਜਾਂ ਕਿ ਪਰਮੇਸ਼ਰ ਦੇ ਵਚਨ ਦੇ ਉਲਟ ਕੀਤਾ ਫਿਰ ਸਾਡੇ ਅੰਦਰੋਂ ਵਿਸ਼ਵਾਸ ਉੱਠਣਾ ਨਹੀਂ ਕਿਉਂਕਿ ਉਹ ਚੀਜ਼ ਨੇ ਸਾਨੂੰ ਉਹੀ ਕਹੀ ਜਾਣਾ ਤੂੰ ਇੱਦਾਂ ਕੀਤਾ ਤੂੰ ਇੱਦਾਂ ਕੀਤਾ ਗੱਲ ਸਹੀ ਹੁੰਦੀ ਹੈ ਕਿਉਂਕਿ ਉਹ ਜਿਹੜੀ ਪਾਈਪ ਸੀਗੀ ਇੱਕ ਜਿਹ ਚੋਂ ਪ੍ਰੈਸ਼ਰ ਜਾਂਦਾ ਆ ਉਹ ਚ ਇੱਕ ਰੁਕਾਵਟ ਬਣ ਗਈ ਤੇ ਵਿਸ਼ਵਾਸ ਥੰਮ ਗਿਆ ਉੱਥੇ ਨਹੀਂ ਕੰਮ ਕਰ ਸਕਦਾ ਹੁੰਦਾ ਉਹ ਹਾਲੇਲੂਇਆ ਹਾਲੇਲੂਇਆ ਆਮੀਨ ਆਮੀਨ ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਪਰਮੇਸ਼ਰ ਦੇ ਅੱਗੇ ਸਾਨੂੰ ਦਲੇਰੀ ਹੈ ਪਰ ਜਿੰਨਾ ਚਿਰ ਤੁਸੀਂ ਉਹ ਕੰਮ ਕਰਦੇ ਰਹਿੰਦੇ ਹੋ ਜੋ ਗਲਤ ਹਨ ਉਹਨਾਂ ਚਿਰ ਤੁਹਾਨੂੰ ਉਸ ਦੇ ਅੱਗੇ ਦਲੇਰੀ ਨਹੀਂ ਹੋ ਸਕਦੀ ਸੱਚਾ ਇਸ ਲਈ ਤੁਸੀਂ ਵੇਖ ਸਕਦੇ ਹੋ ਤੇ ਆਪਣੇ ਆਪ ਜਾਣ ਲਵੋਗੇ ਕਿ ਤੁਸੀਂ ਗਲਤ ਹੋ ਇਹ ਜਾਣਦੇ ਹੋ ਕਿ ਤੁਸੀਂ ਗਲਤ ਹੋ ਤੁਸੀਂ ਆਪਣੇ ਆਪ ਨੂੰ ਪਾਪੀ ਮੰਨ ਲੈਂਦੇ ਹੋ ਪਰ ਜਦੋਂ ਤੁਹਾਡਾ ਮਨ ਤੁਹਾਡੇ ਉੱਤੇ ਦੋਸ਼ ਨਹੀਂ ਲਾਉਂਦਾ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਇੱਕ ਵਿਸ਼ਵਾਸੀ ਹੋ ਅਤੇ ਤੁਹਾਡੇ ਤੇ ਪਰਮੇਸ਼ਰ ਦੇ ਵਿਚਕਾਰ ਕੁਝ ਵੀ ਨਹੀਂ ਹੈ ਤਾਂ ਫਿਰ ਤੁਸੀਂ ਜੋ ਚਾਹੋ ਮੰਗ ਸਕਦੇ ਹੋ ਅਤੇ ਤੁਸੀਂ ਜਾਣਦੇ ਹੋ ਕਿ ਇਹ ਮਿਲ ਜਾਏਗਾ ਆਮੀਨ ਇਹ ਵਚਨ ਹੈ ਜੋ ਤੁਹਾਨੂੰ ਦਿੱਤਾ ਗਿਆ ਹੈ ਹਾਲੇਲੂਇਆ 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 ਆਮੀਨ ਆਮੀਨ ਜਿਵੇਂ ਝੇਲਿਆਂ ਦਿੱਤਾ ਗਿਆ ਅਤੇ ਜਦੋਂ ਪਰਮੇਸ਼ਰ ਦਾ ਵਚਨ ਤੁਹਾਡੇ ਅੰਦਰ ਆਉਂਦਾ ਹੈ ਤਾਂ ਇਹ ਪ੍ਰਗਟ ਹੁੰਦਾ ਹੈ ਕਿਉਂਕਿ ਤੁਸੀਂ ਇੱਕ ਵਿਸ਼ਵਾਸੀ ਹੋ ਸਮਝੇ ਅਤੇ ਵਿਸ਼ਵਾਸੀ ਦਾ ਅਰਥ ਹੈ ਕਿ ਪਰਮੇਸ਼ਰ ਦਾ ਵਿਸ਼ਵਾਸ ਤੁਹਾਡੇ ਅੰਦਰ ਕੰਮ ਕਰਦਾ ਹੈ ਹੁਣ ਤੁਸੀਂ ਇਹਨਾਂ ਵਚਨਾਂ ਦਾ ਇਨਕਾਰ ਕਰਕੇ ਆਪਣੇ ਆਪ ਨੂੰ ਮਸੀਹ ਕਿਵੇਂ ਕਹਿ ਸਕਦੇ ਹੋ ਇਹਨਾਂ ਵਚਨਾਂ ਵਿੱਚੋਂ ਕਿਸੇ ਇੱਕ ਦਾ ਵੀ ਇਨਕਾਰ ਕਰਕੇ ਤੁਸੀਂ ਆਪਣੇ ਆਪ ਨੂੰ ਇੱਕ ਮਸੀਹ ਕਿਵੇਂ ਕਹਿ ਸਕਦੇ ਹੋ ਸਮਝੇ ਕਿਉਂਕਿ ਵਿਸ਼ਵਾਸੀ ਦਾ ਮਤਲਬ ਹੈ ਪੂਰੇ ਵਚਨ ਉੱਤੇ ਵਿਸ਼ਵਾਸ ਪੂਰੇ ਵਚਨ ਸੁਣਦੇ ਨੇ ਕਿ ਵਿਸ਼ਵਾਸ ਨਹੀਂ ਕਰ ਸਕਦੇ ਹਾਲੇਲੂਇਆ ਹਾਲੇਲੂਇਆ ਆਮੀਨ ਆਮੀਨ ਇਬਰਾਨਮ ਨੇ ਕਿਹਾ ਕਿ ਤੁਸੀਂ ਅੱਜ ਦੇ ਮਸੀਹ ਦੀ ਤੁਲਨਾ ਪੁਰਾਣੇ ਸਮੇਂ ਦੇ ਮਸੀਹ ਲੋਕਾਂ ਨਾਲ ਕਰ ਸਕਦੇ ਹੋ ਜਿਨ੍ਹਾਂ ਕੋਲ ਵਿਸ਼ਵਾਸ ਸੀਗਾ ਔਰ ਵਿਸ਼ਵਾਸ ਦੇ ਪ੍ਰਗਟਾਵੇ ਸੀ ਆਮੀਨ ਹਾਲੇਲੂਇਆ ਹਾਲੇਲੂਇਆ ਸਾਨੂੰ ਵੀ ਪੂਰੇ ਵਚਨ ਤੇ ਵਿਸ਼ਵਾਸ ਕਰਨਾ ਪੈਣਾ ਹੈ ਆਮੀਨ ਆਮੀਨ ਉਹ ਵਚਨ ਸਾਡੇ ਅੰਦਰ ਹੋਣਾ ਚਾਹੀਦਾ ਹੈ ਆਮੀਨ ਧਿਆਨ ਦਿਓ ਯਿਸੂ ਮਸੀਹ ਨੇ ਕੀ ਕਿਹਾ ਸੀ ਉਹਨੇ ਕਿਹਾ ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ ਰਹੇ ਆਮੀਨ ਆਮੀਨ ਤੁਹਾਡੇ ਅਲਮਾਰੀਆਂ ਤੇ ਨਹੀਂ ਤੁਹਾਡੇ ਵਿੱਚ ਰਹੇ ਸੰਤ ਯੂਹੰਨਾ 15 ਚ ਲਿਖਿਆ ਜੇਕਰ ਤੁਸੀਂ ਮੇਰੇ ਵਿੱਚ ਰਹੋ ਵੇਖਿਆ ਉਸ ਵਿੱਚ ਵਿਸ਼ਵਾਸ ਰੱਖੋ ਜੇਕਰ ਤੁਸੀਂ ਮੇਰੇ ਵਿੱਚ ਰਹੋ ਤੇ ਮੇਰਾ ਵਚਨ ਤੁਹਾਡੇ ਵਿੱਚ ਰਹੇ ਤਾਂ ਫਿਰ ਤੁਸੀਂ ਜੋ ਵੀ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਆਮੇਨ ਜੇਕਰ ਤੁਹਾਡੇ ਕੋਲ ਸਿਹਤ ਵਿਸ਼ਵਾਸ ਹੈ ਪ੍ਰਾਣਾ ਨੇ ਕਹਿ ਦਿਓ ਤੁਹਾਡੇ ਕੋਲ ਸਿਹਤ ਵਿਸ਼ਵਾਸ ਹੈ ਉਹ ਤੁਹਾਨੂੰ ਕੈਂਸਰ ਹੋਏ ਤੇ ਡਾਕਟਰ ਤੁਹਾਨੂੰ ਇਹ ਕਵੇ ਕਿ ਅੱਜ ਰਾਤ ਤੇਰੇ ਲਈ ਔਖੀ ਹੈ ਮੁਸ਼ਕਲ ਹੈ ਕਿ ਤੂੰ ਕੱਲ ਦੀ ਸਵੇਰ ਵੀ ਦੇਖੇ ਤੇ ਉਹਨੇ ਕਿਹਾ ਤੁਸੀਂ ਉਸ ਤੇ ਹੱਸੋਗੇ ਜ਼ਿਆਦਾ ਸੁਣਿਓ ਉਹਨੇ ਕਿਹਾ ਤੁਹਾਨੂੰ ਕੈਂਸਰ ਹੋਏ ਤੁਸੀਂ ਮਰਨ ਵਾਲੇ ਹੋਵੋ ਤੁਹਾਨੂੰ ਡਾਕਟਰ ਤੁਹਾਨੂੰ ਕਵੇ ਕਿ ਤੇਰਾ ਮੁਸ਼ਕਲ ਹੈ ਅੱਜ ਦੀ ਰਾਤ ਹੀ ਤੇ ਉਹਨੇ ਕਿਹਾ ਇਹ ਗੱਲ ਸੁਣ ਕੇ ਤੁਸੀਂ ਡਾਡਾ ਨਹੀਂ ਮਾਰਨ ਲੱਗ ਪੋਗੇ ਤੁਸੀਂ ਮੁੜ ਤੇ ਹੱਸੋਗੇ ਉਦਾਂ ਹੀ ਉਹਨੇ ਕਿਹਾ ਜਿੱਦਾਂ ਏਲੀਆ ਬਾਲ ਦੇ ਪੁਜਾਰੀਆਂ ਤੇ ਹੱਸਿਆ ਬੜਾ ਚੀਕਦੇ ਚਲਾਉਂਦੇ ਰਹੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਲੇਕਿਨ ਨਬੀ ਨੇ ਕਿਹਾ ਏਲੀਆ ਜਿੰਨਾ ਹੀ ਸ਼ਾਂਤ ਰਹਿ ਸਕਦਾ ਸੀ ਓਨਾ ਹੀ ਸ਼ਾਂਤ ਬਣਿਆ ਰਿਹਾ ਉਸਨੇ ਕਿਹਾ ਥੋੜਾ ਹੋਰ ਹੀ ਹੋਰ ਨਾ ਪੁਕਾਰੋ ਹੋ ਸਕਦਾ ਹੈ ਉਹ ਲੰਮੇ ਸਫ਼ਰ ਤੇ ਗਿਆ ਹੋਏ ਹਾਲੇਲੂਇਆ ਹਾਲੇਲੂਇਆ ਪ੍ਰਭੂ ਦੇ ਨਾਮ ਮਹਿਮਾ ਮਿਲੇ ਆਮੀਨ ਆਮੀਨ ਉੱਥੇ ਸਿਰ ਧੜ ਦੀ ਬਾਜੀ ਹੀ ਆਮੀਨ ਪਰ ਫਿਰ ਵੀ ਏਲੀਆ ਇੰਨਾ ਸੰਤੁਸ਼ਟ ਕਿਉਂ ਹੀ ਤਲਵਾਰਾਂ ਤਿੱਖੀਆਂ ਕਰਦੇ ਹੁਣ ਅੱਗ ਉੱਤਰ ਆਣੀ ਤੇਰਾ ਧੌਣ ਵੱਢਣੀ ਹੈ
ਬਾਕੀ ਜਜ਼ਬਾਤੀ ਹੋ ਗਏ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੇ ਆਪ ਨੂੰ ਛਾਂਟਿਆਂ ਨਾਲ ਮਾਰਦੇ, ਲੇਕਿਨ ਇਹ ਨਹੀਂ ਹੈ ਕਿੰਨਾ ਨੋਰਮਲ ਸੀਗਾ, ਕਿੰਨਾ ਹਾਸੇ ਨਾਲ ਗੱਲ ਕਰ ਰਿਹਾ, ਕਿਉਂਕਿ ਅੰਦਰ ਇੱਕ ਸਿੱਧ ਵਿਸ਼ਵਾਸ, ਉਹਨੂੰ ਪਤਾ ਸੀ ਕੰਮ ਉਹੀ ਹੋਣਾ ਜਿਹੜਾ ਬੋਲਿਆ, ਕੋਈ ਸ਼ੱਕ ਨੀ ਅੱਗ ਉਤਰੇਗੀ ਜਾਂ ਨਹੀਂ ਉਤਰੇਗੀ, ਤੁਹਾਨੂੰ ਪਤਾ ਹੀ ਅੱਗ ਉਤਰੇਗੀ, ਤੈਨੂੰ ਪਤਾ ਮੈਂ ਸਭ ਕੁਛ ਬਚੇ ਦੇ ਅਨੁਸਾਰ ਠੀਕ ਕੀਤਾ, ਸਿੱਧ ਵਿਸ਼ਵਾਸ ਸੀ ਉਹ ਜਾਣਦਾ ਸੀ ਕੀ ਹੋਣ ਵਾਲਾ, ਇਸ ਲਈ ਉਹਨੇ ਮਜ਼ਾਕ ਉਡਾਇਆ। ਹਾਲੇਲੂਇਆ, ਪ੍ਰਭੂ ਦੇ ਨਾਮ ਮਹਿਮਾ ਮਿਲੇ, ਆਮੀਨ। ਜਿੱਦਾਂ ਮੈਂ ਇੱਕ ਭੈਣ ਨੂੰ ਦੁਸ਼ਟਾ ਮੈਂ ਪੁੱਛਿਆ ਕੌਣ ਆ ਤੂੰ, ਕਹਿੰਦਾ ਭੈਰੋ, ਮੈਂ ਬੜਾ ਗੰਦਾ ਨਾਮ ਰੱਖਿਆ ਤੂੰ, ਲੋਕੀ ਕਿੰਨਾ ਕੰਮ ਦੇ ਆ ਉਹ ਡਰਦੇ ਆ ਤੂੰ, ਮੈਂ ਕਿ ਜਿੰਨਾ ਤੇਰਾ ਨਾਮ ਭੈੜਾ ਤੂੰ ਉਨੇ ਪੁੱਟੇ ਕੰਮ ਤੇਰੇ, ਤੇ ਦੁਆ ਕੀਤੀ ਤੇ ਨਿਕਲ ਗਿਆ, ਪ੍ਰਭੂ ਦੇ ਨਾਮ ਮਹਿਮਾ ਮਿਲੇ, ਆਮੀਨ। ਏਲੀਆ ਨੇ ਕੀਤਾ ਜੋ ਅਸੀਂ ਬੋਲ ਰਹੇ ਆ, ਉਹਨੇ ਵੀ ਤਾਂ ਇਦਾਂ ਹੀ ਕਿਹਾ ਸੀ, ਕਿਉਂ ਕਿ ਇਹ ਨਹੀਂ ਕਰਦੇ ਕਿ ਸਾਨੂੰ ਪਤਾ ਸਾਡਾ ਮਹਾਨ ਯਹੋਵਾ ਸਾਡੇ ਨਾਲ, ਹਾਲੇਲੂਇਆ, ਹਾਲੇਲੂਇਆ, ਪ੍ਰਭੂ ਦੇ ਨਾਮ ਮਹਿਮਾ ਮਿਲੇ, ਆਮੀਨ, ਆਮੀਨ, ਆਮੀਨ। ਨਬੀ ਕਹਿੰਦਾ ਮੈਨੂੰ ਕਈ ਵਾਰੀ ਕਿਸੇ ਨੇ ਪੁੱਛਿਆ ਕਿ ਤੂੰ ਡਰਦਾ ਨਹੀਂ, ਇੰਨੇ ਲੋਕ ਇੰਨੇ ਦੁਸ਼ਟ ਆਤਮਾ ਮੇਰੇ ਜਕੜ ਵਿੱਚ, ਇੰਨੀਆਂ ਬਿਮਾਰੀਆਂ, ਮੈਨੇ ਕਿਹਾ ਮੈਂ ਕਦੇ ਨਹੀਂ ਡਰਿਆ, ਉਹਨੇ ਕਿਹਾ ਮੈਂ ਕਦੇ ਨਹੀਂ ਡਰਿਆ, ਜੇ ਕਹਿੰਦੇ ਕਿ ਪਰਮੇਸ਼ਰ ਮੈਨੂੰ ਕਹਿ ਦੇਵੇ ਸਵੇਰੇ ਕਬਰਸਤਾਨ ਤੇ ਜਾਈ, ਉੱਥੇ ਬੋਲੀ, ਜਿੰਨੇ ਮੁਰਦੇ ਹੋਣਗੇ ਜੀ ਉੱਠਣਗੇ, ਫਿਰ ਉਹਨੇ ਕਿਹਾ ਉਹ ਮੈਨੂੰ ਇੱਦਾਂ ਕਹਿ ਦੇਵੇ, ਮੈਂ ਪੂਰੇ ਦੇਸ਼ ਵਾਲੇ ਇਕੱਠੇ ਕਰ ਲਵਾਂਗਾ ਕਬਰਸਤਾਨ ਦੇ ਦੁਆਲੇ, ਕਿ ਆਓ ਕੁਰਸੀਆਂ ਲੈ ਕੇ ਬੈਠੋ ਤੇ ਵੇਟ ਕਰੋ, ਮੈਂ ਜਿੱਦਾਂ ਹੀ ਪ੍ਰਾਰਥਨਾ ਕਰਨੀ ਮੁਰਦੇ ਜੀ ਉੱਠਣਗੇ, ਸਾਰੇ ਮੈਂ ਆਲੋਚਕਾਂ ਨੂੰ ਸੱਦਾਂਗਾ ਕਿ ਆਓ ਦੇਖੋ, ਪਰਮੇਸ਼ਰ ਨੇ ਤਾਂ ਬੋਲਿਆ ਹੈ, ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ, ਜੋ ਚਾਹ ਮੰਗੋ ਤੁਹਾਡੇ ਲਈ ਹੋ ਜਾਏਗਾ, ਕੀ ਛੋਟਾ ਕਥਨ ਹੈ ਜਿਹਨੇ ਬੋਲਿਆ ਜੋ ਚਾਹ ਮੰਗੋ ਤੁਹਾਡੇ ਲਈ ਹੋ ਜਾਏਗਾ, ਕੀ ਪ੍ਰਭੂ ਅਸੀਂ ਕੈਂਸਰ ਦੀ ਚੰਗਾਈ ਮੰਗ ਸਕਦੇ ਹਾਂ, ਕੀ ਪ੍ਰਭੂ ਅਸੀਂ ਮੁਰਦੇ ਦੀ ਦੁਆ ਕਰ ਸਕਦੇ ਹਾਂ, ਕੀ ਪ੍ਰਭੂ ਅਸੀਂ ਰਸੋਲੀਆਂ ਦੀ ਦੁਆ ਕਰ ਸਕਦੇ ਹਾਂ, ਕੀ ਪ੍ਰਭੂ ਅਸੀਂ ਸ਼ੂਗਰ ਦੀ ਦੁਆ ਕਰ ਸਕਦੇ ਹਾਂ, ਕੀ ਪ੍ਰਭੂ ਅਸੀਂ ਬਲੱਡ ਪ੍ਰੈਸ਼ਰ ਦੀਆਂ ਅਜਿਹੀਆਂ ਬਿਮਾਰੀਆਂ ਦੀ ਪ੍ਰਾਰਥਨਾ ਕਰ ਸਕਦੇ ਹਾਂ, ਤੁਹਾਡੇ ਸਮੇਂ ਕੀ ਹੋਣਾ ਸੀਗਾ, ਪ੍ਰਭੂ ਦੇ ਨਾਲ ਮਹਿਮਾ ਮਿਲੇ, ਆਮੀਨ। ਕਿਸੇ ਤਰ੍ਹਾਂ ਹੀ ਤੁਸੀਂ ਵੀ ਜੋ ਮੰਗਦੇ ਹੋ ਵਿਸ਼ਵਾਸ ਕਰੋ ਕਿ ਤੁਹਾਨੂੰ ਮਿਲ ਗਿਆ, ਜੇਕਰ ਤੁਸੀਂ ਇੱਕ ਵਿਸ਼ਵਾਸੀ ਹੋ ਤਾਂ ਆਪਣੇ ਆਪ ਨੂੰ ਇੱਕ ਵਿਸ਼ਵਾਸੀ ਦੀ ਤਰ੍ਹਾਂ ਜਾਣੋ, ਇਹ ਜਾਣ ਲਵੋ ਕਿ ਇਹ ਸਭ ਚੀਜ਼ਾਂ ਤੁਹਾਡੇ ਲਈ ਹੀ ਹਨ, ਜੇਕਰ ਤੁਹਾਡੇ ਜੀਵਨ ਵਿੱਚ ਕੋਈ ਦੋਸ਼ ਹੈ ਤਾਂ ਪਹਿਲਾਂ ਉਸਨੂੰ ਦੂਰ ਕਰੋ, ਸਮਝੇ, ਜੇਕਰ ਤੁਹਾਡੇ ਵਿੱਚ ਕੋਈ ਦੋਸ਼ ਹੈ, ਮੈਂ ਜਾਂ ਤੁਹਾਡੇ ਉੱਤੇ ਪ੍ਰਾਰਥਨਾ ਕਰਨ ਲਈ ਔਰਤ ਰੋਬਟ ਅਤੇ ਜੇ ਦਰਜਨ ਲੋਕ ਹੋ ਸਕਦੇ ਹਨ ਜਿਹਨਾਂ ਕੋਲ ਵਿਸ਼ਵਾਸ ਹੋਵੇ ਅਤੇ ਉੱਪਰ ਥੱਲੇ ਕੂਦ ਸਕਦੇ ਹਨ ਅਤੇ ਤੁਹਾਡੇ ਸਿਰ ਉੱਤੇ ਢੇਰ ਸਾਰਾ ਤੇਲ ਰੋੜ ਸਕਦੇ ਹਨ, ਪਰ ਫਿਰ ਵੀ ਇਸ ਨਾਲ ਕੁਝ ਨਹੀਂ ਹੋਵੇਗਾ ਜੇਕਰ ਤੁਸੀਂ ਠੀਕ ਨਹੀਂ ਹੋ, ਜੇਕਰ ਤੁਹਾਡੇ ਅੰਦਰ ਵਿਸ਼ਵਾਸ ਨਹੀਂ ਆ, ਜੇਕਰ ਤੁਹਾਡੇ ਕੋਲ ਤੁਹਾਡੇ ਸੰਬੰਧ ਠੀਕ ਨਹੀਂ ਹਨ, ਤਾਂ ਜਾਓ ਆਪਣੇ ਪਤੀ ਜਾਂ ਆਪਣੀ ਪਤਨੀ ਨਾਲ ਆਪਣੇ ਪਾਪ ਦਾ ਇਕਰਾਰ ਕਰੋ, ਜਾਓ ਜਾ ਕੇ ਕੰਮ ਕਰੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਲਈ ਕਿਸ ਨੇ ਪ੍ਰਾਰਥਨਾ ਕੀਤੀ ਹੈ, ਜਦ ਤੱਕ ਤੁਸੀਂ ਇਹ ਠੀਕ ਨਹੀਂ ਕਰ ਲੈਂਦੇ ਇਹ ਪ੍ਰਾਰਥਨਾ ਕੁਝ ਨਹੀਂ ਕਰੇਗੀ। ਜੇਕਰ ਸਭ ਕੁਝ ਠੀਕ ਹੈ ਤਾਂ ਤੁਹਾਨੂੰ ਇਸ ਤੇ ਵਿਸ਼ਵਾਸ ਅਤੇ ਭਰੋਸਾ ਹੋਣਾ ਚਾਹੀਦਾ ਹੈ, ਨਾ ਡਰੋ, ਵਿਸ਼ਵਾਸ ਕਰੋ, ਆਪਣੇ ਸਬੰਧ ਪ੍ਰਭੂ ਨਾਲ ਠੀਕ ਕਰੋ, ਦਾ ਵਾਅਦਾ ਹੈ ਜੋ ਚਾਹੋ ਤੁਸੀਂ ਮੰਗੋ ਤਾਂ ਮਿਲ ਜਾਏਗਾ, ਹਾਲੇਲੂਇਆ। ਹਾਲੇਲੂਇਆ ਨੇ ਕਿਹਾ ਅਯੂਬ ਦੇ ਅੰਦਰ ਡਰ ਸੀ ਨਾ, ਸੱਚਾ ਉਡਾਦੇ ਰਹਿੰਦਾ ਸੀ ਮੇਰੇ ਬੱਚਿਆਂ ਨੂੰ ਕੁਝ ਹੋਣਾ ਜਾਏ, ਕੁਝ ਹੋਣਾ ਜਾਏ, ਕੁਝ ਹੋਣਾ ਜਾਏ, ਉਹਨੇ ਕਿਹਾ ਸੱਚੀ ਹੋ ਗਿਆ, ਆਮੀਨ ਆਮੀਨ। ਨੇ ਕਿਹਾ ਪਤਰਸ ਦੇ ਅੰਦਰ ਡਰ ਸੀ ਨਾ ਕਿਤੇ ਮੈਂ ਡੁੱਬਣਾ ਜਾਵਾਂ, ਯਿਸੂ ਨੇ ਉਹਨੂੰ ਕਹਿਤਾ ਕਿ ਆਹ ਪਾਣੀ ਤੇ ਚੱਲ ਸਕਦਾ ਹੈ, ਪਹਿਲੇ ਤੁਰੇ ਅੰਦਰ ਡਰ ਸੀ ਕਿ ਖਰੇ ਭੂਤ ਆ,
ਉਹਨਾਂ ਦੇ ਡਰ ਸੀ ਆਮੇਨ ਜਦੋਂ ਫਿਰ ਯਿਸੂ ਮਸੀਹ ਨੇ ਕਹਿ ਦਿੱਤਾ ਕਿ ਆ ਤੂੰ ਵੀ ਪਾਣੀ ਤੇ ਚੱਲ ਸਕਦਾ ਹੈ ਆਮੇਨ ਫਿਰ ਵੀ ਉਹਨੂੰ ਡਰਿਆ ਔਰ ਸ਼ੱਕ ਕੀਤਾ ਸੱਚ ਆਮੇਨ ਆਮੇਨ ਤਾਂ ਪੁੱਛਦਾ ਜੀ ਉਹ ਨਹੀਂ ਡਰਦਾ ਕਿਉਂ ਡੁੱਬਦਾ ਨਹੀਂ ਜੋ ਨਹੀਂ ਸ਼ੱਕ ਕਰਦਾ ਕਿਉਂ ਡੁੱਬਦਾ ਨਹੀਂ ਤੇ ਜੇ ਉਹ ਵਿਸ਼ਵਾਸ ਕਰਦਾ ਤੇ ਅਜੇ ਆਲਮ ਵਿੱਚ ਰਹਿੰਦਾ ਸੀ ਜਿਸ ਬਾਰੇ ਕੋਈ ਨੀ ਜਾਣਦਾ ਉਹ ਇੱਕ ਵਿਚਿੱਤਰ ਆਦਮੀ ਸੀ ਸਿੱਧ ਪਰਮੇਸ਼ਵਰ ਦੀ ਸਿੱਧ ਵਿਸ਼ਵਾਸ ਦੀ ਦੁਨੀਆਂ ਵਿੱਚ ਜੇਕਰ ਅਸੀਂ ਇੱਕ ਮਸੀਹ ਦੀ ਸਿੱਧ ਵਿਸ਼ਵਾਸ ਦੀ ਦੁਨੀਆਂ ਵਿੱਚ ਰਹੀਏ ਤਾਂ ਅਸੀਂ ਇਸ ਸੰਸਾਰ ਲਈ ਰਹਿਸ ਬਣ ਜਾਵਾਂਗੇ ਲੋਕਾਂ ਨੂੰ ਸਮਝ ਨਹੀਂ ਸਕਣਗੇ ਤੁਸੀਂ ਆਤਮਾ ਵਿੱਚ ਚੱਲੋਗੇ ਆਤਮਾ ਜੋ ਕਹੇਗਾ ਤੁਸੀਂ ਉਹ ਕਰੋਗੇ ਜੋ ਕੁਝ ਕਰਨ ਤੋਂ ਰੋਕੇਗਾ ਤੁਸੀਂ ਨਹੀਂ ਕਰੋਗੇ ਫਿਰ ਲੋਕ ਇਹ ਕਹਿਣਾ ਸ਼ੁਰੂ ਕਰ ਦੇਣਗੇ ਇਹ ਲੋਕ ਤੁਸੀਂ ਉਹਨਾਂ ਲਈ ਇੱਕ ਰਹੱਸਪੂਰਨ ਵਿਅਕਤੀ ਬਣ ਜਾਵੋਗੇ ਬੋਲਦਾ ਸੀ ਉਹਨਾਂ ਇਹ ਕਿਹਾ ਤੇ ਉਹਨਾਂ ਨੇ ਕਿਹਾ ਤੂੰ ਬੁਝਾਰਤਾਂ ਵਿੱਚ ਕਿਉਂ ਗੱਲਾਂ ਕਰਦਾ ਅਸੀਂ ਨਹੀਂ ਸਮਝਦੇ ਇਹ ਕਿਵੇਂ ਹੋ ਸਕਦਾ ਹੈ ਵੇਖਿਆ ਉਹ ਉਸ ਦੁਨੀਆਂ ਵਿੱਚ ਨਹੀਂ ਸਨ ਜਿਸ ਵਿੱਚ ਯਿਸੂ ਰਹਿੰਦਾ ਸੀ ਆਮੇਨ ਆਮੇਨ ਹਾਲੇਲੂਇਆ ਜਦੋਂ ਇੱਕ ਮਨੁੱਖ ਵਿਸ਼ਵਾਸ ਦੁਆਰਾ ਜੀਵਨ ਬਤੀਤ ਕਰਦਾ ਹੈ ਤੇ ਵਿਸ਼ਵਾਸ ਦੁਆਰਾ ਚੱਲਦਾ ਹੈ ਮੇਰਾ ਮਤਲਬ ਹੈ ਪੱਕਾ ਵਿਸ਼ਵਾਸ ਤਾਂ ਉਹ ਸਾਰੀ ਦੁਨੀਆਂ ਤੋਂ ਵੱਖ ਹੋ ਜਾਂਦਾ ਹੈ ਇੱਕ ਨਵੀਂ ਸ੍ਰਿਸ਼ਟੀ ਬਣ ਜਾਂਦਾ ਹੈ ਹੁਣ ਇੱਥੇ ਤੁਸੀਂ ਦੁਲਹਨ ਵਸਤੂ ਵਿੱਚ ਪ੍ਰਵੇਸ਼ ਕਰਦੇ ਹੋ ਸਮਝੇ ਇਹੀ ਰੈਪਚਰ ਵਾਲੀ ਕੰਡੀਸ਼ਨ ਹੈ ਹਾਲੇਲੂਇਆ ਇਹ ਸਾਡੇ ਸਾਰਿਆਂ ਲਈ ਹੈ ਆਮੇਨ ਬਸ ਇਕੱਲਾ ਪਾਸਟਰ ਡੀਕਨਾ ਅਤੇ ਟ੍ਰਸਟੀਆਂ ਲਈ ਨਹੀਂ ਇਹ ਹਰ ਇੱਕ ਉਸ ਵਿਅਕਤੀ ਲਈ ਹੈ ਜਿਸ ਨੂੰ ਪਰਮੇਸ਼ਵਰ ਨਾਲ ਚੱਲਦਾ ਹੈ ਮੈਂ ਹਵਾਲਾ ਪੜ੍ਹ ਰਿਹਾ ਹਾਂ ਇਹ ਵਾਦਾ ਮੇਰੇ ਪਾਸਟਰਾਂ ਡੀਕਨਾਂ ਔਰ ਟ੍ਰਸਟੀਆਂ ਲਈ ਨਹੀਂ ਹਰ ਇੱਕ ਵਿਸ਼ਵਾਸੀ ਦੇ ਲਈ ਹੈ ਆਮੇਨ ਹਾਲੇਲੂਇਆ ਹਾਲੇਲੂਇਆ ਆਮੇਨ ਆਮੇਨ ਪ੍ਰਭੂ ਦਾ ਨਾਮ ਮਹਿਮਾ ਮਿਲੇ ਆਮੇਨ 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 ਸਿੱਧ ਵਿਸ਼ਵਾਸ ਕਦੇ ਵੀ ਫੇਲ ਨਹੀਂ ਹੁੰਦਾ ਆਮੇਨ ਇਹ ਸਦਾ ਹੀ ਕਾਇਮ ਰਹਿੰਦਾ ਹੈ ਹਾਲੇਲੂਇਆ 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 ਵਿਸ਼ਵਾਸ ਦੇ ਨਾਲ ਕੁਝ ਵੀ ਪ੍ਰਾਪਤ ਕਰ ਸਕਦਾ ਹੈ ਆਮੇਨ ਇਹ ਵਿਸ਼ਵਾਸ ਨਾਲ ਬਿਮਾਰੀਆਂ ਦੀ ਜਿੱਤ ਪਾ ਸਕਦਾ ਆਮੇਨ ਇਹ ਵਿਸ਼ਵਾਸ ਦੇ ਨਾਲ ਪਾਪ ਦੀ ਜਿੱਤ ਪਾ ਸਕਦਾ ਆਮੇਨ ਇਹ ਵਿਸ਼ਵਾਸ ਦੇ ਨਾਲ ਇਸ ਸੰਸਾਰ ਦੀ ਜਿੱਤ ਪਾ ਸਕਦਾ ਆਮੇਨ ਇਹ ਵਿਸ਼ਵਾਸ ਦੇ ਨਾਲ ਇਹ ਸਭ ਦੁਨੀਆਂ ਦੀ ਜਿੱਤ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਸਾਨੂੰ ਸਿਖਾਇਆ ਗਿਆ ਹੈ ਸ਼ੈਤਾਨ ਦਾ ਸਾਹਮਣਾ ਕਰੋ ਤੇ ਉਹ ਤੁਹਾਡੇ ਕੋਲ ਭੱਜ ਜਾਵੇਗਾ ਆਮੇਨ ਭਗਵਾਨ ਨੇ ਕਿਹਾ ਹੁਣ ਸਾਹਮਣਾ ਕਰਨ ਦਾ ਬਸ ਇਹੀ ਅਰਥ ਹੈ ਕਿ ਉਸ ਦਾ ਇਨਕਾਰ ਕਰ ਦੋ ਸਾਹਮਣਾ ਕਿੱਦਾਂ ਕਰਨਾ ਵਿੱਚ ਲਿਖਣਾ ਹੈ ਸ਼ੈਤਾਨ ਦਾ ਸਾਹਮਣਾ ਕਰਨ ਤੁਹਾਡੇ ਤੋਂ ਭੱਜ ਜਾਏਗਾ ਭਗਵਾਨ ਨੇ ਕਿਹਾ ਸਾਹਮਣਾ ਕਰਨ ਦਾ ਮਤਲਬ ਹੈ ਉਹਦਾ ਇਨਕਾਰ ਕਰ ਦੋ ਜਦੋਂ ਤੁਸੀਂ ਉਹਦਾ ਇਨਕਾਰ ਕੀਤਾ ਉਹਦਾ ਸਾਹਮਣਾ ਕੀਤਾ ਪੱਥਰਾਂ ਕਹਿ ਰੋਟੀਆਂ ਬਣ ਜਾਣੀ ਮੱਥਾ ਟੇਕ ਉਹਨੇ ਇਨਕਾਰ ਕੀਤਾ ਸ਼ੈਤਾਨ ਜੋ ਕਹਿੰਦਾ ਉਹ ਤੋਂ ਦੂਰ ਚੱਲੋ ਨੇ ਕੁਛ ਕਿਹਾ ਹੈ ਕੋਈ ਫਰਕ ਨਹੀਂ ਪੈਂਦਾ ਕਿ ਸ਼ੈਤਾਨ ਤੁਹਾਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਤੁਸੀਂ ਬਸ ਉਸ ਦੀ ਸੁਣੋ ਹੀ ਨਾ ਤੁਹਾਡੇ ਕੋਲ ਤੁਹਾਡੇ ਕੰਨ ਬਸ ਉਹੀ ਸੁਣ ਸਕਦੇ ਹੋ ਜੋ ਆਤਮਾ ਕਹਿੰਦਾ ਹੈ ਜਿਸ ਕੋਲ ਕੰਨ ਹਨ ਉਹ ਸੁਣੇ ਪਈ ਆਤਮਾ ਕਲੀਸਿਆ ਸਿੱਧ ਵਿਸ਼ਵਾਸ ਬਹੁਤ ਕੁਛ ਕਰ ਸਕਦਾ ਸਿੱਧ ਵਿਸ਼ਵਾਸ ਸਭ ਕੁਛ ਕਰ ਸਕਦਾ ਉਹਨੇ ਕਿਹਾ ਧਿਆਨ ਸੁਣੋ
उस रात फिनलैंड विच ओ छोटा लड़का अधे घंटे तो मरिया पिया सी। पता नबी नु एक दर्शन दिखाया गया सी कि एक वारी तो एक जे रोड उते जाएगा उस रात फिनलैंड छोटा लड़का अधे घंटे तो मरिया पिया सी। दिन नहीं पर रात का समा सी। पूरी तरह कुचलिया गया सी एक्सीडेंट दे नाल। अते खून उस दियां अखां नक अते कन्ना विचो बह रहा सी। देख सकदे तारे बच्चे नु एक्सीडेंट पिया ने अखां नक और कान चो खून निकलदा होए उस दियां छोटियां लत्तां उस दियां छोटियां जराबां विच टुटियां होईयां सन। अते उसदे पैर जराबां विचो बाहर दिस रहे सन। अते उसदे बूट लत्थे होए सन। मैं वेख्या ते सोचिया ये ओही लड़का होना चाहिदा है जिहड़ा मैं दर्शन च देखिया। इनकार किया बहुत कुछ खुन जाओगे।
हालेलुया हालेलुया आमीन आमीन धन्यवाद यीशु धन्यवाद यीशु पर जे कोई जिंदा हो गया ना अपने मुंह पर देख के तौबा करो आमीन मैं आख्या मौत तू उसनु जगड़ के नहीं रख सकती आमीन मैं उसकी आत्मा नु परमेश्वर दे वचन अनुसार यीशु दे नाम विच बुलाया आमीन अति उठ पया आमीन कमजोर नहीं बने रहेंगे क्योंकि तीजी खेच का वादा सिर्फ पास्टर के नाल नहीं है या बड़े बड़े पादरियों के नाल नहीं निश्चयवान के नाल है अपने बच्चों देख सकते हो सब कुछ देख सकते हो सिर्फ विश्वास करो कुछ नहीं करना और कुछ नहीं करना सिर्फ विश्वास करो पापी नहीं है और मूल पाप बेप्रतीति है पर ये पाप तो रहत या मतलब एक विश्वासी है आमीन पूरा हृदय अंदर विश्वास है आमीन विश्वास का प्रगटावा हम आमीन अब अपने पैरों पे खड़े होवा हालेलुया ग्लोरी हालेलुया 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 होली Oh, hallelujah. Oh, hallelujah.
बहुत कुछ इस संदेश जी उठाने वाली इस संदेश शीरा बदल आखिरी समय शैतान अपना जोर लगा रहा है लेकिन विश्वास करा जब सा आखिरी सह भी निकल विश्वास करा कुछ भी हो जाए विश्वास करा रोटी दूर रखी गई लेकिन हूं तो यह है क्या मेरा मांस तुहाडे खाणे मेरा सब तुहाडे पीणे हो जाए वादा सिर्फ ये हुंदियां नहीं ये वादा पराई जाती है जी मेरे बने गो चा मंगो कहानियां नहीं रह गई असलियत है कहानी समझ कदी ना हुंदा लेकिन उन्हें समझा सच्चाई है बबरा राम जो तू कहना आ कुछ नहीं संपूर्ण सच संपूर्ण सच है इस संदेश ने साबित किया कि उतना जीव महिमा हो महिमा मिले भैन प्रभु कद भी पाप वाला जीवन ना गुजारो कद बेपरती ना गुजारो जीवन जियो विश्वास का करता सिद्ध जिन्हें बीमार हैं वो अपने हाथ प्रभु नूं उठाउण और कहण प्रभु मैं विश्वास करदा प्रभु मैं विश्वास करदा मैं विश्वास करदे साडे भाई दलीप नूं चंगा कीता जिन्हें बीमार हैं वो कहण प्रभु मैं विश्वास सफलता संपूर्ण छुटका।